11 बज के 3 मिनट हो चुके ने। रेडियो के आर पी आई 1550 सुन रहे हो प्रोग्राम का गुरबाज सिंह ब्राड शो प्रसारित हो रहा है। हुण असीं गलबात करन लई फोन मिलाया हुआ प्रोफेसर डॉक्टर प्रीतम सिंह ऑक्सफोर्ड तो साडे नाल गलबात विच शामिल होने जा रहे ने। डॉक्टर साहब उड़गे अर्थशास्त्री ने, पंजाब यूनिवर्सिटी चंडीगढ़ च पढ़ते ते पढ़ाते रहे, उस तो बाद दिल्ली दे विच भी जवाहर लाल नहरू यूनिवर्सिटी च ਤੇ ਰਸ਼ੀਆ ਦੀ ਯੂਨੀਵਰਸਿਟੀ ਚ ਵਿਜ਼ਿਟਿੰਗ ਪ੍ਰੋਫੈਸਰ ਰਹੇ ਨੇ। ਲਗਭਗ 3 ਦਹਾਕਿਆਂ ਦਾ ਸਮਾਂ ਹੋ ਗਿਆ ਉਹਨਾਂ ਨੂੰ ਲੰਡਨ ਆਕਸਫੋਰਡ ਦੇ ਵਿੱਚ। ਪੰਜਾਬ ਮਸਲਿਆਂ ਬਾਰੇ ਉਹਨਾਂ ਦੀ ਬਹੁਤ ਡੂੰਘੀ ਪਕੜ ਹੈ। ਉਹਨਾਂ ਨੇ ਫੈਡਰਲਿਜ਼ਮ ਤੇ ਕਨੇਡਾ ਆਪਣੇ ਭਾਰਤ ਤੇ ਪੰਜਾਬ ਦੇ ਆਪਸੀ ਸੰਬੰਧਾਂ ਬਾਰੇ ਬਹੁਤ ਹੀ ਪੁਖਤਗੀ ਦੇ ਨਾਲ ਡੂੰਘਾਈ ਨਾਲ ਵਿਸ਼ਲੇਸ਼ਣ ਕਰਕੇ ਕਿਤਾਬਾਂ ਲਿਖੀਆਂ ਨੇ। ਪੰਜਾਬ ਦੇ ਗੜਬੜ ਵਾਲੇ ਦਿਨਾਂ ਦੇ ਸਾਰੇ ਹਾਲਾਤ ਕਿਉਂ ਤੇ ਕਿਵੇਂ ਪੈਦਾ ਹੋਏ ਤੇ ਇਸ ਤੋਂ ਬਾਅਦ ਇਹਦੇ ਅਸਰ ਕੀ ਹੋਏ। ਡਾਕਟਰ ਪ੍ਰੀਤਮ ਸਿੰਘ ਹੋਰੀ ਗੱਲਬਾਤ ਵਿੱਚ ਸ਼ਾਮਿਲ ਹੋ ਚੁੱਕੇ ਨੇ। ਡਾਕਟਰ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ ਜੀ ਤੁਹਾਡਾ। ਹਾਂਜੀ, ਥੈਂਕ ਯੂ ਗੁਰਬਾਜ। ਡਾਕਟਰ ਸਾਹਿਬ, ਜਦੋਂ ਆਪਰੇਸ਼ਨ ਬਲੂ ਸਟਾਰ ਸਾਕਾ ਨੀਲਾ ਤਾਰਾ ਰੇਡੀਓ ਤੇ ਬ੍ਰੋਡਕਾਸਟ ਹੁੰਦਾ ਸੀ, ਉਹਨੇ ਅਨਾਊਂਸ ਕੀਤਾ ਕਿ ਮੈਂ ਸਾਰਾ ਪੰਜਾਬ ਹੈ ਜਿਹੜਾ ਉਹ ਪੁਲਿਸ ਦੇ ਹਵਾਲੇ ਕਰਨ, ਫੌਜ ਦੇ ਹਵਾਲੇ ਕਰਨ ਲੱਗੀ ਆ। ਉਦੋਂ ਪਹਿਲਾਂ ਗੱਲਾਂ ਚੱਲ ਰਹੀਆਂ ਸੀਗੀਆਂ ਵੀ ਸ਼ਾਇਦ ਪੁਲਿਸ ਫੌਜ ਨੂੰ ਕੰਟਰੋਲ ਕਰਨ ਲਈ ਦੇ ਦੇਣ ਜਾਂ ਨਾ ਦੇ ਦੇਣ, ਪਰ ਉਹ ਅਨਾਊਂਸ ਹੋਣ ਤੋਂ ਬਾਅਦ ਇਹ ਗੱਲ ਕਨਫਰਮ ਹੋ ਗਈ। ਉਸ ਦਿਨ ਮੈਂ ਹਿਮਾਚਲ 'ਚ ਇੱਕ ਜਗ੍ਹਾ ਆਪਣੇ ਕੁਝ ਦੋਸਤਾਂ ਨਾਲ, ਇੱਕ ਮੇਰੇ ਦੋਸਤ ਆਂਧਰਾ ਪ੍ਰਦੇਸ਼ ਤੋਂ ਸੀ, ਦੋ ਪੰਜਾਬ ਦੇ ਸੀ ਅਤੇ ਇੱਕ ਹੌਲੀਡੇ 'ਤੇ ਵਾਪਸ ਆ ਰਹੇ ਸੀ। ਅਤੇ ਉਹ ਜਿਹੜਾ ਮੇਰਾ ਆਂਧਰਾ ਪ੍ਰਦੇਸ਼ ਤੋਂ ਦੋਸਤ ਸੀ, ਉਹ ਮਿਲਟਰੀ ਅਫੀਸਰ ਦਾ ਬੇਟਾ ਸੀ, ਉਹਨੂੰ ਮਿਲਟਰੀ ਅਫੀਸਰ ਦੀ ਬੜੀ ਸਮਝ ਸੀਗੀ। ਉਹਨੇ ਮੈਨੂੰ ਬਹੁਤ ਚੰਗੀ ਤਰ੍ਹਾਂ ਡਿਟੇਲ ਸਮਝਾਇਆ ਕਿ ਕਿਸ ਤਰ੍ਹਾਂ ਡਿਵੀਜ਼ਨ ਹੁੰਦੀਆਂ, ਕਿਵੇਂ ਉਹਨਾਂ ਦੇ ਪਲਾਟੂਨਸ ਹੁੰਦੇ ਆ ਅਤੇ ਇਹ ਕਿੰਨੀ ਮਤਲਬ ਫੋਰਸ ਪੰਜਾਬ ਦੇ ਵਿੱਚ ਚਾਹੀਦੀ ਹੋਊਗੀ, ਕਿ ਬਹੁਤ ਵੱਡੀ ਫੋਰਸ ਚਾਹੀਦੀ ਹੋਏਗੀ। ਪਰ ਬਾਈ ਦਾ ਟਾਈਮ ਅਸੀਂ ਰੀਸ਼ਟ ਚੰਡੀਗੜ੍ਹ ਜਿੱਥੇ ਮੈਂ ਰਹਿੰਦਾ ਸੀ ਉਦੋਂ, ਤਾਂ ਇਹ ਲੱਗਦਾ ਸੀ ਕਿ ਜਿੰਨਾ ਉਹ ਕੁਛ ਉਹ ਸੋਚ ਰਿਹਾ ਸੀ ਉਸ ਤੋਂ ਵੀ ਜ਼ਿਆਦਾ ਫੌਜ ਦੀ ਜਿਹੜੀ ਪੰਜਾਬ ਦੇ ਵਿੱਚ ਐਂਟਰੀ ਹੋ ਚੁੱਕੀ ਸੀ। ਕਿ ਫੌਜ ਦੀ ਜੋ ਐਂਟਰੀ ਹੈ ਪੰਜਾਬ ਦੇ ਵਿੱਚ, ਇਹ ਨਹੀਂ ਸੀ ਸਿਰਫ ਇਕੱਲੇ ਦਰਬਾਰ ਸਾਹਿਬ ਨੂੰ ਘੇਰਾ ਪਾਉਣਾ ਹੈ, ਜਾਂ ਬਾਅਦ 'ਚ ਇਹ ਪਤਾ ਲੱਗਾ ਕਿ 40-42 ਗੁਰਦੁਆਰਿਆਂ 'ਚ ਵੀ ਘੇਰਾ ਪਾਇਆ ਗਿਆ, ਕਿ ਸਾਰੇ ਪੰਜਾਬ ਨੂੰ ਮਾਰਸ਼ਲ ਲਾ 'ਚ ਚੇਂਜ ਕਰਤਾ ਗਿਆ ਸੀ। ਇਹ ਗੱਲ ਬਹੁਤ ਘੱਟ ਲੋਕਾਂ ਨੂੰ ਪਤਾ ਹੈ, ਖਾਸ ਤੌਰ 'ਤੇ ਜਿਹੜੇ ਬਾਹਰ ਰਹਿੰਦੇ ਹੈ ਜਾਂ ਪੰਜਾਬ ਤੋਂ ਬਾਹਰ ਰਹਿੰਦੇ ਹੈ, ਮਤਲਬ ਹਿੰਦੁਸਤਾਨ ਦੇ ਵਿੱਚ ਲੋਕਾਂ ਨੂੰ ਨਹੀਂ ਪਤਾ, ਕਿਉਂਕਿ ਮੀਡੀਆ ਨੇ ਗੱਲ ਦੱਸੀ ਨਹੀਂ ਇਹ, ਕਿ ਸਾਰੇ ਪੰਜਾਬ ਨੂੰ ਛੋਟੇ ਪਿੰਡਾਂ ਤੱਕ ਵੀ ਲੋਕਾਂ ਨੂੰ ਮਤਲਬ ਘਰਾਂ 'ਚ ਬੰਦ ਕਰਤਾ ਸੀ। ਕਿ ਜੇ ਕੋਈ ਲੋਕ ਖੇਤਾਂ 'ਚ ਕੰਮ ਕਰ ਰਹੇ ਹੈ ਤਾਂ ਇੱਕ ਮੌਕੇ 'ਤੇ ਸੀਗਾ ਵੀ ਤੁਸੀਂ ਵਾਪਸ ਨਹੀਂ ਜਾਣਾ, ਜੇ ਤੁਸੀਂ ਘਰੇ ਹੈ ਤੁਸੀਂ ਖੇਤਾਂ ਨੂੰ ਨਹੀਂ ਜਾਣਾ। ਸ਼ਹਿਰਾਂ ਦੇ ਵਿੱਚ ਇਹ ਹਾਲਾਤ ਸੀ, ਮੈਂ ਚੰਡੀਗੜ੍ਹ ਦੇ ਵਿੱਚ ਸੀ, ਕਿ ਅਸੀਂ ਆਪਣੇ ਘਰ ਤੋਂ ਜਿਹੜੀ ਸੜਕ ਕ੍ਰੋਸ ਕਰਕੇ ਸਾਹਮਣੇ ਘਰ ਜਾਣਾ, ਉਹ ਵੀ ਖਤਰੇ ਵਾਲੀ ਗੱਲ ਸੀ, ਕਿਉਂਕਿ ਫੌਜ ਦੇ ਦਸਤੇ ਘੁੰਮ ਰਹੇ ਸੀ, ਉਹਨਾਂ ਨੂੰ ਗੋਲੀ ਮਾਰਨ ਦਾ ਹੁਕਮ ਸੀ। ਐਡਾ ਵੱਡਾ ਮਾਰਸ਼ਲ ਲਾ ਪੰਜਾਬ ਇੰਡੀਆ ਦੇ ਇਤਿਹਾਸ ਵਿੱਚ ਪਹਿਲਾਂ ਨਹੀਂ ਹੋਇਆ ਸੀ, ਕਿਉਂਕਿ ਉਹਨਾਂ ਨੂੰ ਇਹ ਪਤਾ ਸੀਗਾ ਕਿ ਇਹ ਬਹੁਤ ਵੱਡਾ ਸੱਕ ਹੈ ਔਰ ਇਹਦੇ ਬਹੁਤ ਵੱਡੇ ਰਿਜ਼ਲਟ ਨਿਕਲ ਸਕਦੇ ਆ, ਬਹੁਤ ਵੱਡਾ ਰਿਵੋਲਟ ਹੋ ਸਕਦਾ। ਅਤੇ ਇਸ ਪਹਿਲਾਂ ਤਾਂ ਮੈਨੂੰ ਮਤਲਬ ਇੱਥੋਂ ਇਹ ਪਤਾ ਲੱਗਾ ਕਿ ਇਹ ਮਤਲਬ ਦਿਸ ਇਜ਼ ਗੋਇੰਗ ਟੂ ਹੈਪਨ। ਸੋ ਤੁਸੀਂ ਸਵਾਲ ਪੁੱਛਿਆ ਸੀ ਕਿ ਮੈਂ ਕਿੱਥੇ ਸੀ ਉਸ ਵਕਤ, ਮੈਂ ਉਸ ਵਕਤ ਚੰਡੀਗੜ੍ਹ 'ਚ ਪੜ੍ਹਾਉਂਦਾ ਸੀ ਪੰਜਾਬ ਯੂਨੀਵਰਸਿਟੀ 'ਚ, ਅਤੇ ਉਦੋਂ ਉਸ ਦਿਨ ਪਰਟੀਕੁਲਰ ਦਿਨ 'ਤੇ ਮੈਂ ਇੱਕ ਹੋਲੀਡੇ ਤੋਂ ਦੋਸਤਾਂ ਨਾਲ ਵਾਪਸ ਆ ਰਿਹਾ ਸੀ ਚੰਡੀਗੜ੍ਹ ਸ਼ਿਮਲੇ ਵਾਲੇ ਪਾਸਿਓ। ਜੀ, ਅਤੇ ਡਾਕਟਰ ਸਾਹਿਬ, ਯੂਨੀਵਰਸਿਟੀ ਜਿੱਥੇ ਰੋਸ਼ਨ ਦਿਮਾਗ ਨੇ, ਕਿਸ ਤਰ੍ਹਾਂ ਦਾ ਤੁਸੀਂ ਮਾਹੌਲ ਦੇ ਵਿੱਚ, ਕਿਸ ਤਰ੍ਹਾਂ ਦੀ ਕਸ਼ੀਦਗੀ ਦੇਖੀ, ਫਿਰ ਕੀ ਮਹਿਸੂਸ ਹੋਇਆ, ਨੌਜਵਾਨ ਵਿਦਿਆਰਥੀਆਂ 'ਚ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦੇਖਣ ਨੂੰ ਮਿਲਦੀ ਸੀ, ਜਾਂ ਪ੍ਰੋਫੈਸਰਾਂ 'ਚ ਅਤੇ ਅਧਿਆਪਕ ਜਥੇਬੰਦੀਆਂ ਨੂੰ, ਕਿਵੇਂ ਇਹਨੂੰ ਜਾਂ ਹੋਰ ਜਿਹੜੀਆਂ ਸਿੱਖ ਜਥੇਬੰਦੀਆਂ ਇਹਨੂੰ ਕਿਵੇਂ ਰਿਐਕਟ ਕਰ ਰਹੀਆਂ ਸੀ, ਕਿਸ ਤਰ੍ਹਾਂ ਦੀ ਗੱਲਬਾਤ, ਕੋਈ ਇੱਕ ਅਵਿਸ਼ਵਾਸ ਪੈਦਾ ਹੋਣ ਜਾ ਰਿਹਾ ਸੀ? ਪਹਿਲੀ ਗੱਲ ਤੇ ਹੈ ਕਿ ਲੋਕਾਂ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਜੋ ਆਰਮੀ ਦੀ ਐਂਟਰੀ ਹੈ ਉਹ ਗੋਲਡਨ ਟੈਂਪਲ 'ਚ ਹੋਏਗੀ ਜਾਂ ਨਹੀਂ।
ਲੋਕੀ ਸਮਝਦੇ ਸੀ ਕਿ ਵੱਧ ਤੋਂ ਵੱਧ ਇਹ ਹੈ ਕਿ ਫੌਜ ਹੈ ਜਿਹੜੀ ਉਹ ਦਰਬਾਰ ਸਾਹਿਬ ਨੂੰ ਘੇਰਾ ਪਾ ਲਏਗੀ, ਘੇਰਾ ਪਾ ਕੇ ਉਹਨਾਂ ਨਾਲ ਨੈਗੋਸ਼ੀਏਸ਼ਨ ਕਰੇਗੀ, ਜਿਹੜੇ ਅੰਦਰ ਬੈਠੇ ਲੋਕ ਨੇ ਜਿਹਨਾਂ ਨੂੰ ਅਰੈਸਟ ਕਰਨਾ ਚਾਹੁੰਦੇ ਨੇ, ਤਾਂ ਇਸ ਤਰ੍ਹਾਂ ਹੋਏਗਾ। ਮੇਰਾ ਖਿਆਲ ਹੈ ਕਿ ਕਿਸੇ ਨੂੰ ਵੀ ਇਸ ਗੱਲ ਦਾ ਨਹੀਂ ਸੀ ਕਿ ਅੰਦਰ ਐਂਟਰ ਕਰੇਗੀ। ਇੱਥੋਂ ਤੱਕ ਕਿ ਮੇਰਾ ਆਪਣਾ ਖਿਆਲ ਹੈ ਕਿ ਸੰਤ ਪਿੰਡਾਂ ਵਾਲੇ ਦੇ ਸਪੋਰਟਰ ਸੀ ਜਿਹੜੇ ਕਿ ਅੰਦਰ ਹਥਿਆਰਬੰਦ ਤਿਆਰੀ ਕਰ ਰਹੇ ਸੀ ਕਾਫੀ ਦੇਰ ਤੋਂ, ਉਹਨਾਂ ਨੂੰ ਵੀ ਇਹ ਸੀਗਾ ਕਿ ਸ਼ਾਇਦ ਨਾ ਹੋਵੇ, ਪਰ ਉਹਨਾਂ ਨੇ ਇਹ ਤਿਆਰੀ ਕੀਤੀ ਹੋਈ ਸੀ ਵੀ ਜੇ ਅੰਦਰ ਵੜੀ ਤਾਂ ਅਸੀਂ ਮੁਕਾਬਲਾ ਕਰਾਂਗੇ ਇਹਨੂੰ। ਤੇ ਆਮ ਜਨਤਾ ਨੂੰ ਨਹੀਂ ਸੀ ਇਸ ਗੱਲ ਦਾ ਕਿ ਇਹਦੀ ਇਹ ਹੋਏਗਾ। ਇਸ ਤੋਂ ਵੀ ਜ਼ਿਆਦਾ ਲੋਕਾਂ ਨੂੰ ਇਹ ਨਹੀਂ ਸੀਗਾ ਇੰਨੀ ਜੋ ਨੁਕਸਾਨ ਹੋਏਗਾ। ਔਰ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦੱਸਦਾ ਹਾਂ ਕਿ ਦੋ ਜੂਨ ਨੂੰ, 1 ਜੂਨ ਨੂੰ ਵੈਸੇ ਫਾਇਰਿੰਗ ਸ਼ੁਰੂ ਹੋ ਚੁੱਕੀ ਸੀ, 1 ਜੂਨ 84 ਨੂੰ CRP ਨੇ ਫਾਇਰਿੰਗ ਸ਼ੁਰੂ ਕਰਤੀ ਸੀ ਕਿਉਂਕਿ ਉਹਨਾਂ ਦੀ ਪਲੈਨਿੰਗ ਤਾਂ ਪਹਿਲਾਂ ਹੋ ਚੁੱਕੀ ਸੀ, ਤੇ 2 ਜੂਨ ਨੂੰ ਆਰਮੀ ਨੂੰ ਦੇਤਾ, ਤੇ 2 ਜੂਨ ਤੋਂ ਬਾਅਦ ਹੌਲੀ ਹੌਲੀ ਫਾਇਰਿੰਗ ਚੱਲਦੀ ਰਹੀ, ਤੇ 6 ਜੂਨ ਜਾਂ 5 ਜੂਨ ਨੂੰ ਮੇਰਾ ਖਿਆਲ ਪਹਿਲੀ ਖਬਰ ਉਹਨਾਂ ਨੇ ਦਿੱਤੀ, ਸ਼ਾਇਦ 6 ਜੂਨ ਨੂੰ ਪਹਿਲੀ ਖਬਰ ਉਹਨਾਂ ਨੇ ਦਿੱਤੀ ਕਿ 89 ਸਿਪਾਹੀ ਮਾਰੇ ਗਏ ਆ, ਔਰ 200 ਦੇ ਕੁਛ ਕਰੀਬ ਉਹਨਾਂ ਨੇ ਦੱਸਿਆ ਕਿ ਅੱਤਵਾਦੀ ਮਾਰੇ ਗਏ ਆ, ਲਿਫਟ ਜਿਹੜਾ ਉਹਨਾਂ ਨੇ ਯੂਜ਼ ਕੀਤਾ। ਤੇ ਮੈਂ, ਮੇਰੇ ਕੋਲ ਉਦੋਂ ਟੈਲੀਵਿਜ਼ਨ ਨਹੀਂ ਸੀ, ਤੇ ਮੇਰੇ ਘਰ ਦੇ ਸਾਹਮਣੇ ਇੱਕ ਮੇਰੇ ਮਿੱਤਰ ਰਹਿੰਦੇ ਸੀ ਕਾਲਰਾ ਸਾਹਿਬ, ਉਹ ਹਿੰਦੂ ਸੀ, ਪੰਜਾਬੀ ਹਿੰਦੂ, ਉਹਨਾਂ ਦੇ ਘਰ ਮੈਂ ਜਾ ਕੇ ਸੁਣ ਰਿਹਾ ਸੀ। ਤਾਂ ਜਦੋਂ ਉਹਨਾਂ ਨੇ ਸੁਣਿਆ, ਉਹ ਪੰਜਾਬੀ ਹਿੰਦੂ ਸੀ, ਉਹਨਾਂ ਨੇ ਮੱਥੇ 'ਤੇ ਹੱਥ ਮਾਰਿਆ, ਉਹ ਕਹਿੰਦੇ ਓ ਮਾਈ ਗੋਡ, ਇਹ ਤਾਂ ਬਹੁਤ ਵੱਡਾ ਵਾਪਰਿਆ ਹੋ ਗਿਆ ਇਹਨੂੰ। ਤਾਂ ਮਤਲਬ ਇਹ ਨੰਬਰ ਵੀ ਹੈ ਜਿਹੜਾ ਲੋਕਾਂ ਨੂੰ ਇੰਨਾ ਸ਼ੌਕਿੰਗ ਲੱਗਦਾ ਸੀ ਵੀ 300 ਦੇ ਲੋਕੀ ਮਾਰੇ ਜਾ ਚੁੱਕੇ ਆ, ਅਸੀਂ 89 ਜਿਹੜੇ ਸੋਲਜਰ ਮਾਰੇ ਜਾ ਚੁੱਕੇ ਆ, ਪਰ ਬਾਅਦ 'ਚ ਪਤਾ ਲੱਗਾ ਕਿ ਗਿਣਤੀ ਦਾ ਕਈ ਗੁਣਾ ਜ਼ਿਆਦਾ ਸੀ ਇਸ ਤੋਂ। ਤਾਂ ਇਹ ਪਹਿਲਾ ਵੱਡਾ ਤਾਂ ਸ਼ੌਕ ਸੀ ਲੋਕਾਂ ਨੂੰ ਇਹਨੂੰ ਕਿ ਅਤੇ ਇਹਨੂੰ ਵੀ ਕਿ ਇਹ ਨਹੀਂ ਹੋਏਗਾ। ਅਤੇ ਦੂਜਾ ਇਹ ਹੈ ਕਿ ਜਿਹੜਾ ਆਮ ਜਨਤਾ ਸੀ, ਆਮ ਜਨਤਾ ਦੇ ਵਿੱਚ ਬੜੀ ਪੋਲਰਾਈਜੇਸ਼ਨ ਹੋ ਚੁੱਕੀ ਸੀ। ਜਿਹੜੇ ਸੀ ਸਿੱਖ, ਉਹ ਤਾਂ ਇਸ ਗੱਲ 'ਤੇ ਬਹੁਤ ਉਦਾਸ ਸੀ, ਭਾਵੇਂ ਕੋਈ ਛੋਟਾ ਹੋਵੇ ਵੱਡਾ ਹੋਵੇ, ਕਿ ਇਹ ਕੀ ਹੋ ਗਿਆ, ਇਹ ਕੀ ਵਾਪਰਿਆ, ਜਿਵੇਂ ਮਤਲਬ ਪਰਲੋ ਆ ਜਾਂਦੀ ਹੈ, ਪਰਲੋ ਵਾਂਗੂ ਪਰਲੋ ਸੀ ਕਿ ਦਰਬਾਰ ਸਾਹਿਬ 'ਤੇ ਅਟੈਕ ਹੋਣਾ, ਮਤਲਬ ਹੈ ਕਿ ਦੁਨੀਆ ਦਾ ਅੰਤ ਹੋਣ ਵਾਲੀ ਗੱਲ ਹੈ। ਜਿਹੜੇ ਹਿੰਦੂ ਸੀ, ਹਿੰਦੂਆਂ ਦੇ ਵਿੱਚ ਜਿਹੜੇ ਕੁਛ ਸਿਆਣੇ ਲੋਕ ਸੀਗੇ, ਉਹ ਤਾਂ ਇਹ ਸਮਝਦੇ ਸੀ ਜਿਵੇਂ ਕਾਲਰਾ ਸਾਹਿਬ ਵਰਗੇ ਕਿ ਇਹ ਤਾਂ ਬਹੁਤ ਦੁਖਾਂਤ ਹੋ ਗਿਆ, ਇਹਦਾ ਬਹੁਤ ਇਹਦਾ ਖਤਰਾ ਇਹਦਾ, ਕਿਉਂਕਿ ਸੋਚ ਸਕਦੇ ਸੀ ਵੀ ਇਹਦਾ ਕੀ ਅੰਜਾਮ ਹੋਏਗਾ ਬਾਅਦ ਦੇ ਵਿੱਚ। ਪਰ ਜਿਹੜੇ ਕੁਛ ਤੱਤੇ ਕਿਸਮ ਦੇ ਲੋਕ ਸੀ, ਉਹ ਮਤਲਬ ਕਹਿ ਰਹੇ ਸੀ ਠੀਕ ਕੀਤਾ ਫੌਜ ਨੇ, ਇਹਨੂੰ ਫੌਜ ਨੇ ਚੜ੍ਹਾਈ ਕਰਕੇ ਇੰਨਾ ਰੌਲਾ ਪਾ ਰਹੇ ਸੀ। ਔਰ ਉਹਨਾਂ ਦੇ ਵਿੱਚੋਂ ਵੀ ਮਤਲਬ ਜਿਹੜੇ ਕੁਛ ਲੋਕ ਆ ਜਿਹਨਾਂ ਨੂੰ ਸਮਝ ਨਹੀਂ ਸੀ ਇਸ ਗੱਲ ਦੀ, ਉਹ ਵੀ ਕੁਛ ਲੋਕ ਇਸ ਕਰਕੇ ਨਹੀਂ ਖੁਸ਼ ਸੀ ਕਿ ਦਰਬਾਰ ਸਾਹਿਬ 'ਤੇ ਅਟੈਕ ਹੋਇਆ, ਉਹ ਇਸ ਕਰਕੇ ਖੁਸ਼ ਸੀ ਕਿ ਪਿੰਡਾਂ ਵਾਲਿਆਂ ਦੇ ਅਤੇ ਪਿੰਡਾਂ ਵਾਲੇ ਦੇ ਸਾਥੀ ਮਾਰੇ ਗਏ। ਖਾਸ ਤੌਰ 'ਤੇ ਜਦੋਂ ਪਿੰਡਾਂ ਵਾਲੇ ਦੀ ਸੰਤ ਪਿੰਡਾਂ ਵਾਲਿਆਂ ਦੀ ਸ਼ਹਾਦਤ ਬਾਰੇ ਖਬਰ ਦੇ ਦਿੱਤੀ, 6 ਜੂਨ ਨੂੰ ਮੈਂ ਖਬਰ ਉਹਨੇ ਖਬਰ ਦੇ ਦਿੱਤੀ ਸੀ ਕਿ ਉਹਨਾਂ ਦੀ ਲਾਸ਼ ਪ੍ਰਾਪਤ ਹੋ ਗਈ ਹੈ। ਤਾਂ ਉਦੋਂ ਮਤਲਬ ਸਿੱਖਾਂ 'ਚ ਬਹੁਤ ਨਮੋਸ਼ੀ ਫੈਲੀ, ਔਰ ਹਿੰਦੂਆਂ ਦੇ ਵਿੱਚ ਜਿਹੜੇ ਕੱਟੜ ਹਿੰਦੂ ਸੀ ਕੁਛ, ਜਿਹੜੇ ਜਿਹੜੇ ਲੰਬੀ ਸੋਚ ਨਹੀਂ ਰੱਖਦੇ ਸੀ, ਉਹਨਾਂ ਦੇ ਵਿੱਚ ਇਹ ਸੀਗਾ ਕਿ ਕੀ ਠੀਕ ਹੈ ਨਾ, ਇਹ ਮਤਲਬ ਇੰਨਾ ਰੌਲਾ ਪਾਉਂਦਾ ਸੀ। ਕਿਉਂਕਿ ਇਹ ਗੱਲ ਹੈ ਨਾ ਕਿ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਉਦੋਂ ਪਹਿਲਾਂ ਜਿਹੜਾ ਪੀਰੀਅਡ ਸੀ, ਉਹਦੇ 'ਚ ਪੰਜਾਬੀ ਹਿੰਦੂ ਬਹੁਤ ਡਰ 'ਚ ਰਿਹਾ ਸੀ ਕਿ ਬੱਸ ਦੇ ਵਿੱਚ ਜਾਣਾ, ਤੁਹਾਨੂੰ ਪਤਾ ਨਹੀਂ ਹੈ ਤੁਹਾਡੀ ਬੱਚਤ ਹੈ ਜਾਂ ਨਹੀਂ, ਬਹੁਤ ਡਰ ਦੇ ਵਿੱਚ ਸੀਗਾ। ਕਈ ਥਾਵਾਂ ਦੇ ਵਾਕਿਆ ਵੀ ਸ਼ਹਿਰਾਂ ਦੇ ਵਿੱਚ ਹੋਏ ਸੀਗੇ, ਕੁਛ RSS ਦੇ ਵਰਕਰ ਵੀ ਮਾਰੇ ਗਏ ਸੀ, ਅਤੇ ਉਹ ਡਰ ਵੀ ਸੀਗਾ। ਉਹ ਜਿਹੜਾ ਜਿਹੜੀ ਇੰਦਰਾ ਗਾਂਧੀ ਵੀ ਇਸੇ ਚੀਜ਼ ਨੂੰ ਉਹ ਯੂਜ਼ ਕਰਨਾ ਚਾਹੁੰਦੀ ਸੀ, ਇੰਦਰਾ ਗਾਂਧੀ ਚਾਹੁੰਦੀ ਸੀ ਕਿ ਮੈਂ ਹਿੰਦੂਆਂ ਦੇ ਵਿੱਚ ਪਾਪੂਲਰ ਹੋ ਜਾਂ, ਇਕੱਲੇ ਪੰਜਾਬੀ ਹਿੰਦੂਆਂ ਨੇ, ਪੰਜਾਬੀ ਹਿੰਦੂ ਤਾਂ ਗਿਣਤੀ 'ਚ ਬਹੁਤ ਥੋੜ੍ਹੇ ਨੇ, ਉਹਦਾ ਪਰਪਸ ਸੀ ਕਿ ਸਾਰੇ ਨੌਰਥ ਇੰਡੀਆ ਯੂਨੋ UP ਮੱਧ ਪ੍ਰਦੇਸ਼ ਰਾਜਸਥਾਨ ਯੂਨੋ ਮੇ ਬੀ ਹਰਿਆਣਾ ਹਾਲਾਂਕਿ ਮੋਰ ਕੰਪਲੈਕਸ ਹੈ, ਅਤੇ ਹਰਿਆਣਾ ਦੀ ਮੈਂ ਤੁਹਾਨੂੰ ਦੱਸਾਂਗਾ ਕਿ ਹਰਿਆਣਾ ਦੇ ਵਿੱਚ ਅੰਡਰ ਕਰੰਟ ਹੋਰ ਤਰ੍ਹਾਂ ਦੇ ਸੀ ਜਿਹੜੇ ਕਿ ਬਾਕੀ ਥਾਵਾਂ 'ਚ ਨਹੀਂ ਸੀ। ਔਰ ਇਹ ਮੇਰੇ ਦੋਸਤ DR ਚੌਧਰੀ ਗੁਜਰੇ ਕੁਝ ਦਿਨ ਪਹਿਲਾਂ, ਉਹਨਾਂ ਨੇ ਬੜੀਆਂ ਇੰਟਰਸਟਿੰਗ ਗੱਲਾਂ ਦੱਸੀਆਂ ਸੀ ਇਹਦੇ ਬਾਰੇ, ਹਰਿਆਣਾ ਬਾਰੇ। ਅਤੇ ਉਹਦਾ ਇੰਦਰਾ ਗਾਂਧੀ ਦਾ ਪਰਪਸ ਇਹ ਸੀ ਕਿ ਇਹਨੂੰ ਮਤਲਬ ਇਹ ਅਟੈਕ ਕਰਕੇ ਅਤੇ ਮੈਂ ਸ਼ੋਅ ਕਰਾਂ ਕਿ ਮੈਂ ਕਿੰਨੀ ਪਾਵਰਫੁੱਲ ਹੈ, ਅਤੇ ਜਿਹੜੇ ਸਿੱਖ ਦੇਸ਼ ਨੂੰ ਵੰਡਣਾ ਚਾਹੁੰਦੇ ਸੀਗੇ
ਉਹਨਾਂ ਤੋਂ ਮੈਂ ਉਹਨਾਂ ਨੂੰ ਮੈਂ ਖਤਮ ਕਰਕੇ ਦੇਸ਼ ਨੂੰ ਮੈਨੂੰ ਬਚਾ ਲਿਆ। ਜਿਵੇਂ 1971 ਦੇ ਵਿੱਚ ਉਹਨੇ ਬੰਗਲਾਦੇਸ਼ ਕ੍ਰੀਏਟ ਕਰਕੇ ਪਾਕਿਸਤਾਨ ਨੂੰ ਤੋੜ ਕੇ ਅਤੇ ਉਹਨੂੰ ਈਵਨ ਅਟਲ ਬਿਹਾਰੀ ਵਾਜਪੇਈ ਨੇ ਵੀ ਕਿਹਾ ਸੀ ਦੁਰਗਾ ਹੈ ਤਾਂ ਉਹ ਦੁਬਾਰਾ ਦੁਰਗਾ ਬਣਨੀ ਚਾਹੁੰਦੀ ਸੀ, ਕਿਉਂਕਿ 1971 ਤੋਂ ਬਾਅਦ ਫਿਰ ਜਦੋਂ ਦੁਬਾਰਾ ਇਲੈਕਸ਼ਨ ਹੋਇਆ ਬੰਗਲਾਦੇਸ਼ ਕ੍ਰੀਏਟ ਕਰਨ ਤੋਂ ਬਾਅਦ ਉਹ ਬੜੀ ਓਵਰਵੈਲਮਿੰਗ ਮੈਜੋਰਟੀ ਨਾਲ ਜਿੱਤੀ। ਪੰਜਾਬ ਦੀਆਂ ਜਿਹੜੀਆਂ ਪਾਰਲੀਮੈਂਟਰੀ ਸੀਟਾਂ ਸੀ, ਇੱਕ ਗੁਰਦਾਸ ਬਾਦਲੇਰੀ ਉਹ ਸ਼ੇਰ ਫਿਰੋਜ਼ਪੁਰ ਜਿੱਤਿਆ ਸੀ, ਬਾਕੀ ਸਾਰੇ ਦੇ ਸਾਰੇ ਕਾਂਗਰਸ ਜਿੱਤ ਗਈ ਸੀ ਇਹਨੂੰ, ਹਾਲਾਂਕਿ ਉਦੋਂ ਪਹਿਲਾਂ 4-5-6 ਜਿੱਤਦੀ ਸੀਗੀ। ਅਤੇ ਉਹ ਇੰਦਰਾ ਗਾਂਧੀ ਉਹ ਰਿਪੀਟ ਕਰਨਾ ਚਾਹੁੰਦੀ ਸੀ ਕਿ ਹੁਣ ਮਤਲਬ ਇਹ ਮੈਂ ਇਸ ਤਰ੍ਹਾਂ ਸਿੱਖਾਂ ਦੇ ਖਿਲਾਫ ਮੋਬਲਾਈਜੇਸ਼ਨ ਕਰਕੇ, ਸਿੱਖ ਤਾਂ ਸਾਰੀ ਪਾਪੂਲੇਸ਼ਨ ਦਾ 2% ਹਿੱਸਾ ਨੇ ਇਹਨੂੰ, ਅਤੇ ਹਿੰਦੂ ਸਾਰੀਆਂ ਜਾਤਾਂ ਦੇ ਰਲਾ ਕੇ ਕੋਈ 80-81% ਨੇ, ਉਹਨਾਂ ਵਿੱਚੋਂ ਸ਼ਡਿਊਲਡ ਕਾਸਟ ਕਾਫੀ ਵੱਡੀ ਗਿਣਤੀ ਹੈ, ਪਰ ਫਿਰ ਵੀ ਬਫਰ ਕਾਸਟ ਹੈ ਜਿਹੜੀ ਉਹ ਸਬਸਟੈਂਸ਼ੀਅਲ ਨੰਬਰ ਹੈ, ਉਹ ਪੋਲਰਾਈਜੇਸ਼ਨ ਕਰਨਾ ਚਾਹੁੰਦੀ ਸੀਗੀ। ਔਰ ਇਹ ਕੋਈ ਨਵੀਂ ਸਟ੍ਰੈਟਜੀ ਨਹੀਂ, ਜਿਹੜੇ ਵੀ ਅਥੋਰੀਟੇਰੀਅਨ ਫਾਸਿਸਟ ਰਜੀਮ ਹੋਏ ਹੈ ਉਹਨਾਂ ਦੀ ਸਟ੍ਰੈਟਜੀ ਵੀ ਇਹ ਹੁੰਦੀ ਹੈ ਕਿ ਇੱਕ ਛੋਟੀ ਗਿਣਤੀ ਦੇ ਖਿਲਾਫ ਲੋਕਾਂ ਦੀ ਨਫ਼ਰਤ ਭੜਕਾਈ ਜਾਵੇ। ਤਾਂ ਉਹਦੇ 'ਚ ਇਹ ਹੈ ਕਿ ਤੁਹਾਨੂੰ ਛੋਟੀ ਗਿਣਤੀ ਦੇ ਲੋਕ ਤਾਂ ਤੁਹਾਡੇ ਉਲਟ ਹੋ ਜਾਣਗੇ ਸਾਰੇ, ਕੋਈ ਵੋਟ ਨਹੀਂ ਪਾਊਗੀ ਉਹਨਾਂ ਦੀ, ਪਰ ਉਹਦੇ ਉਹਦਾ ਤੁਹਾਨੂੰ ਨੁਕਸਾਨ ਹੋਊਗਾ। ਜਿਵੇਂ ਕਾਂਗਰਸ ਨੂੰ ਵੀ ਪਹਿਲਾਂ ਸਿੱਖ ਵੋਟ ਪਾਉਂਦੇ ਸੀਗੇ ਅਤੇ ਉਹਨੂੰ ਪਤਾ ਸੀਗਾ ਕਾਂਗਰਸ ਇਸ ਤੋਂ ਬਾਅਦ ਵੋਟ ਨਹੀਂ, ਕਾਂਗਰਸ ਨੂੰ ਵੋਟ ਨਹੀਂ ਮਿਲੇਗੀ, ਪਰ ਉਹਨਾਂ ਨੂੰ ਇਹ ਪਤਾ ਸੀ ਵੀ ਜਿੰਨਾ ਸਾਡਾ ਉੱਥੋਂ ਨੁਕਸਾਨ ਹੋਊਗਾ ਉਸ ਤੋਂ ਕਈ ਗੁਣਾ ਸਾਨੂੰ ਫਾਇਦਾ ਹੋਊਗਾ ਜੋ ਹਿੰਦੂਆਂ ਦੇ ਵਿੱਚ ਅਸੀਂ ਪਾਪੂਲਰ ਹੋ ਜਾਵਾਂਗੇ। ਇਸੇ ਤਰ੍ਹਾਂ ਹੀ ਜਿਹੜਾ ਹਿਟਲਰ ਨੇ ਕੀਤਾ ਸੀ ਕਿ ਜੂਸ ਬਹੁਤ ਘੱਟ ਗਿਣਤੀ ਸੀ ਜਰਮਨੀ ਦੇ ਵਿੱਚ, ਅਤੇ ਜੂਸ ਦੇ ਖਿਲਾਫ ਇੰਨੀ ਨਫ਼ਰਤ ਕ੍ਰੀਏਟ ਕਰਤੀ ਕਿ ਇਹ ਲੋਹ ਪੀਣੇ ਹੈ, ਇਹਨੂੰ ਇਹ ਮੈਨੂੰ ਲੁੱਟਦੇ ਨੇ, ਇਹ ਲੁਟੇਰੇ ਨੇ ਇਹਨੂੰ, ਅਤੇ ਉਹਨਾਂ ਨੂੰ ਉਹਨਾਂ ਬਾਰੇ ਸ਼ੰਕਾ ਕ੍ਰੀਏਟ ਕਰਤਾ। ਇਹ ਹੀ ਇੰਦਰਾ ਗਾਂਧੀ ਕ੍ਰੀਏਟ ਕਰ ਰਹੀ ਸੀ ਕਿ ਜਿਹੜੇ ਅੰਦਰ ਬੈਠੇ ਨੇ ਉਹ ਪਾਕਿਸਤਾਨ ਨਾਲ ਰਲੇ ਹੋਏ ਨੇ, ਇਹ ਅੰਦਰ ਹਥਿਆਰ ਇਕੱਠੇ ਕਰ ਰਹੇ ਨੇ, ਹਥਿਆਰ ਇਕੱਠੇ ਕਰਕੇ ਦੇਸ਼ ਨੂੰ ਵੰਡਣਾ ਚਾਹੁੰਦੇ ਨੇ, ਖਾਲਿਸਤਾਨ ਬਣਾ ਰਹੇ ਨੇ, ਇਹ ਸਾਰਾ ਉਹ ਪ੍ਰਚਾਰ ਕੀਤਾ ਗਿਆ। ਹਾਲਾਂਕਿ ਜਿਹੜੀ ਲਹਿਰ ਉਸ ਤੋਂ ਪਹਿਲਾਂ ਖੜੀ ਸੀ ਅਕਾਲੀ ਮੋਰਚਾ, ਉਹਦੇ ਵਿੱਚ ਖਾਲਿਸਤਾਨ ਦੀ ਕੋਈ ਮੰਗ ਨਹੀਂ ਸੀ। ਇਹ ਸੰਤ ਪਿੰਡਰਾਂ ਵਾਲਿਆਂ ਨੇ ਵੀ ਖਾਲਿਸਤਾਨ ਦੀ ਮੰਗ ਨਹੀਂ ਰੱਖੀ, ਇਹ ਹੁਣ ਡਾਕੂਮੈਂਟਰੀ ਐਵੀਡੈਂਸ ਹੈ। ਸੰਤ ਪਿੰਡਰਾਂ ਵਾਲਿਆਂ ਦੀਆਂ ਸਪੀਚਾਂ ਜਿਹੜੀਆਂ ਉਹ ਰਿਕਾਰਡ ਹੋ ਚੁੱਕੀਆਂ, ਉਹ ਲਿਖਤ ਦੇ ਵਿੱਚ ਵੀ ਅਤੇ ਟੇਪ ਅਤੇ ਹੋਰ ਤਰੀਕਿਆਂ ਦੇ ਥਰੂ ਅਵੇਲੇਬਲ ਨੇ। ਉਹਨਾਂ ਨੇ ਕਦੇ ਨਹੀਂ ਕਿਹਾ ਸੀ ਕਿ ਮੈਂ ਖਾਲਿਸਤਾਨ ਦੀ ਮੰਗ ਕਰਦਾ, ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ ਇੰਪਲੀਮੈਂਟੇਸ਼ਨ ਦੀ ਮੰਗ ਕਰਦਾ। ਔਰ ਪਰ ਜੇ ਸਰਕਾਰ ਨੇ ਹਮਲਾ ਕੀਤਾ ਦਰਬਾਰ ਸਾਹਿਬ 'ਤੇ ਤਾਂ ਫਿਰ ਖਾਲਿਸਤਾਨ ਦਾ ਜਿਹੜਾ ਹੈ ਨਹੀਂ ਰੱਖੀ ਜਾ। ਇਸ ਕਰਕੇ ਇਹ ਵੱਖ ਵੱਖ ਇਕੱਲੇ ਪੰਜਾਬ ਨੂੰ ਜਿਹੜੇ ਅਨੰਦਪੁਰ ਸਾਹਿਬ ਦਾ ਮਤਾ ਜਾਂ ਇਸ ਤਰ੍ਹਾਂ ਦੀ ਜਿਹੜੀ ਹੈ, ਬਾਕੀ ਮੁਲਕ ਦੇ ਹੋਰਨਾਂ ਸੂਬਿਆਂ 'ਚ ਵੀ ਤਾਂ ਇਸ ਤਰ੍ਹਾਂ ਦੀ ਮੰਗ ਉੱਠ ਰਹੀ ਸੀ, ਫਿਰ ਇਹ ਨਿਸ਼ਾਨਾ ਪੰਜਾਬ ਨੂੰ ਕਿਉਂ ਬਣਾਇਆ ਗਿਆ ਜਾਂ ਵੱਖਵਾਦੀ ਹੋਣ ਦਾ ਜਿਹੜਾ ਠੱਪਾ ਇਹਨਾਂ 'ਤੇ ਕਿਉਂ ਲਾਇਆ ਗਿਆ? ਤੁਸੀਂ ਤਾਂ ਬਾਕੀ ਵੀ ਆਪਣੇ ਆਰਟੀਕਲ ਦੇ ਵਿੱਚ ਜ਼ਿਕਰ ਕੀਤਾ ਕਿੱਥੇ ਕਿੱਥੇ ਹੋਰ ਵੱਧ ਅਧਿਕਾਰਾਂ ਦੀ ਮੰਗ ਉੱਠ ਖੜੀ ਹੋਈ ਸੀ। ਹਾਂ ਇਹ ਗੱਲ ਨਾ ਕਿ ਬਾਕੀ ਥਾਵਾਂ 'ਤੇ ਜਦੋਂ ਅਧਿਕਾਰਾਂ ਦੀ ਮੰਗ ਹੁੰਦੀ ਹੈ ਤਾਂ ਉੱਥੇ ਇਹ ਗੱਲ ਨਹੀਂ ਆਉਂਦੀ ਕਿ ਉਹ ਕੋਈ ਵੱਖਰੀ ਕੌਮ ਨੇ। ਜੇ ਹੁਣ ਬੰਗਾਲ ਵਾਲੇ ਮੰਗ ਕਰਦੇ ਆ ਕਿ ਵੱਧ ਅਧਿਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਸਿਰਫ ਇਹ ਆਉਂਦਾ ਕਿ ਉਹ ਤਾਂ ਸੈਂਟਰ ਸਟੇਟ ਦੇ ਰਿਲੇਸ਼ਨਸ਼ਿਪ ਨੇ, ਉਹਨਾਂ ਨੂੰ ਚੇਂਜ ਕਰਨ ਬਾਰੇ ਕਹਿ ਰਹੇ ਨੇ, ਜਾਂ ਆਂਧਰਾ ਪ੍ਰਦੇਸ਼ ਦੇ ਲੋਕ ਕਹਿੰਦੇ ਨੇ, ਤਾਂ ਉੱਥੇ ਵੀ ਇਹੀ ਹੁੰਦਾ। ਪਰ ਇੱਥੇ ਪੰਜਾਬ ਦੇ ਵਿੱਚ ਕਿਉਂਕਿ ਸਿੱਖ ਬਹੁਤ ਗਿਣਤੀ ਸੀਗੀ, ਇੱਥੇ ਜਿਹੜਾ ਵੱਧ ਅਧਿਕਾਰਾਂ ਦੀ ਮੰਗ ਨੂੰ ਇਸ ਢੰਗ ਨਾਲ ਪੇਸ਼ ਕੀਤਾ ਜਾਣਾ ਸੀ ਕਿ ਵੱਖ ਹੋਣ ਦੀ ਗੱਲ ਹੈ। ਦੂਜਾ ਇਹ ਹੈ ਕਿ ਜਿਹੜਾ ਅਨੰਦਪੁਰ ਸਾਹਿਬ ਮਤੇ ਦੇ ਵਿੱਚ ਇੱਕ ਜਿਹੜਾ ਕਲੋਜ਼ ਹੈਗਾ ਸੀ ਕਿ ਸਿੱਖ ਇੱਕ ਵੱਖਰੀ ਕੌਮ ਹੈ, ਤਾਂ ਉਹਨੂੰ ਯੂਜ਼ ਕੀਤਾ ਗਿਆ। ਬਾਕੀ ਜਿਹੜਾ ਜੇ ਉਸ ਲਾਈਨ ਤੋਂ ਬਿਨਾਂ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੇਖਿਆ ਜਾਵੇ ਤਾਂ ਉਹੋ ਦਾ ਉਹੋ ਰੈਜ਼ੋਲੂਸ਼ਨ ਬੰਗਾਲ 'ਚ ਵੀ ਪਾਇਆ ਜਾ ਸਕਦਾ, ਆਂਧਰਾ ਪ੍ਰਦੇਸ਼ 'ਚ ਵੀ ਪਾਇਆ ਜਾ ਸਕਦਾ, ਤਾਮਿਲਨਾਡੂ 'ਚ ਵੀ ਪਾਇਆ ਜਾ ਸਕਦਾ। ਇਸੇ ਕਰਕੇ ਜਿਹੜਾ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਨੂੰ ਬਾਕੀ ਸਟੇਟਾਂ ਦੇ ਲੋਕ, ਜਿਵੇਂ ਜੋਤੀ ਬਾਸੂ ਨੇ ਬੜਾ ਸਤਿਕਾਰ ਕੀਤਾ ਸੀ, ਉਹਨੇ ਕਲਕੱਤਾ ਦੇ ਵਿੱਚ ਮੀਟਿੰਗ ਵੀ ਰੱਖੀ ਸੀ, ਉਹਨੂੰ ਕਲਕੱਤਾ ਰੈਜ਼ੋਲੂਸ਼ਨ ਪਾਸ ਕੀਤਾ। ਇਸ ਤਰ੍ਹਾਂ ਸ਼੍ਰੀਨਗਰ ਦੇ ਵਿੱਚ ਸ਼੍ਰੀਨਗਰ ਰੈਜ਼ੋਲੂਸ਼ਨ, ਉਹ ਸਾਰੇ ਰਾਜ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਸੀ। ਜਿਹੜਾ ਜੋਤੀ ਬਾਸੂ ਹੈ CPM ਦੇ ਕੰਟਰੋਲ, ਉਹ ਤਾਂ ਇਸ ਤੋਂ ਵੀ ਅੱਗੇ ਚਲੇ ਗਏ ਸੀ। ਉਹ ਤਾਂ ਇਹ ਕਹਿੰਦੇ ਸੀ ਕਿ IAS ਅਤੇ IPS ਕੈਟੇਗਰੀ ਹੋਣੀ ਨਹੀਂ ਚਾਹੀਦੀ, ਕਿ ਇਹ ਇੱਕ ਜਿਹੜੀ ਕੈਟੇਗਰੀ ਹੈ ਜਿਹੜੀ ਰਾਜਾਂ 'ਤੇ ਅਧਿਕਾਰ, ਰਾਜਾਂ 'ਤੇ ਰਾਜ ਕਰਦੀ ਹੈ, ਉਹ ਸੈਂਟਰ ਰਿਕਰੂਟ ਕਰਦਾ। ਉਹ ਬੰਦੇ ਜਿਹੜੇ ਉਹ ਸੈਂਟਰ ਦੇ ਬੰਦੇ ਹੁੰਦੇ ਆ, ਕਿਉਂਕਿ ਉਹਨਾਂ ਦੀ ਅੱਖ ਹਮੇਸ਼ਾ ਸੈਂਟਰ ਵੱਲ ਰਹਿੰਦੀ ਹੈ। ਇਹ ਐਡਮਿਨਿਸਟ੍ਰੇਟਿਵ ਅਫੀਸਰਸ ਹੈ ਆਪਣੇ ਹੋਣੇ ਚਾਹੀਦੇ ਆ ਸਟੇਟ ਦੇ, ਅਤੇ ਔਰ ਉਹ ਕਲੋਨੀਅਲ ਰਾਜ ਦੀ ਸੀ, ਕਲੋਨੀਅਲ ਰਾਜ ਦੇ ਵਿੱਚ ICS ਹੁੰਦੇ ਸੀ, ਇਹਨੂੰ ਇੰਡੀਅਨ ਸਿਵਲ ਸਰਵਿਸ ਉਹਨਾਂ ਨੂੰ ਕਹਿੰਦੇ ਸੀ। ਉਹ ਇੱਥੋਂ ਆਕਸਫੋਰਡ 'ਚੋਂ ਟ੍ਰੇਨ ਹੋ ਕੇ ਜਾਂਦੇ ਸੀ ਉੱਥੇ, ਔਰ ਉਹਨਾਂ ਦਾ ਪਰਪਸ ਸੀ ਸਾਰੇ ਮੁਲਕ ਨੂੰ ਕੰਟਰੋਲ ਕਰਨਾ,
ਇੰਗਲਿਸ਼ ਦੀ ਕੁਈਨ ਤੋਂ ਇੰਗਲਿਸ਼ ਯੂ ਨੋ ਜਿਹੜਾ ਸਮਰਾਜ ਵੱਲੋਂ ਉਹਨਾਂ ਲੋਕਾਂ ਨੂੰ ਕੰਟਰੋਲ ਕਰਨਾ, ਉਹਦਾ ਹੀ ਫਾਰਮ ਹੈ ਜਿਹੜਾ ਆਈ ਪੀ ਐਸ ਤੇ ਆਈ ਐਸ ਬਣਾਏ ਗਏ, ਉਹਨਾਂ ਨੇ ਇਹ ਵੀ ਮੰਗ ਕੀਤੀ ਸੀ। ਤੇ ਸੋ ਦੂਜੇ ਸੂਬਿਆਂ ਦੇ ਵਿੱਚ ਜਦੋਂ ਵੱਧ ਘਰਾਂ ਦੀ ਗੱਲ ਹੁੰਦੀ ਸੀ ਤਾਂ ਉੱਥੇ ਵੱਖ ਵੱਧ ਦਾ ਨਹੀਂ ਮਸਲਾ ਆਉਂਦਾ ਸੀ, ਇੱਥੇ ਕਿਉਂਕਿ ਇੱਕ ਕਲੋਜ਼ ਰੱਖਿਆ ਗਿਆ ਸੀ ਕਿ ਸਿੱਖ ਇੱਕ ਵੱਖਰੀ ਕੌਮ ਹੈ, ਵੱਧ ਘਰਾਂ ਨੂੰ ਵੱਖ ਵੱਧ ਹੀ ਬਣਾ ਦਿੱਤਾ ਗਿਆ ਔਰ ਉਹਨੂੰ ਲੋੜ ਤੋਂ ਜ਼ਿਆਦਾ ਵਧਾ ਕੇ ਉਹਨੂੰ ਪੇਸ਼ ਕੀਤਾ ਗਿਆ ਕਿ ਇਹ ਵੱਖ ਵੱਧ ਹੈ। ਇਸੇ ਕਰਕੇ ਜਿਹੜਾ ਵਾਈਟ ਪੇਪਰ ਇਸ਼ੂ ਕੀਤਾ ਸਰਕਾਰ ਨੇ ਓਪਰੇਸ਼ਨ ਬਲੂ ਸਟਾਰ ਦੇ ਵਿੱਚੋਂ, ਉਹਦੇ ਵਿੱਚੋਂ ਤੋੜ ਮੋੜ ਕੇ ਪਹਿਰੇ ਲਏ ਗਏ ਕਿ ਕਿਵੇਂ ਵੱਖਵਾਦੀ ਸੀਗੇ, ਹਾਲਾਂਕਿ ਹੈ ਵੱਖਵਾਦੀ ਨਹੀਂ ਪਰ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਤਾਂ ਇਸ ਕਰਕੇ ਜਿਹੜਾ ਵੱਧ ਅਧਿਕਾਰਾਂ ਦੀ ਗੱਲ ਨੂੰ ਪ੍ਰਜੈਂਟ ਇਸ ਤਰ੍ਹਾਂ ਕੀਤਾ ਗਿਆ ਕਿ ਇੱਕ ਵੱਖਵਾਦੀ ਮੰਗ ਹੈ ਔਰ ਇਹਦੇ ਵਿੱਚ ਕੁਛ ਦੂਜੇ ਲੋਕਾਂ ਦੀ ਵੀ ਗਲਤੀ ਹੈ, ਜਿਵੇਂ ਕੁਛ ਖੱਬੇ ਪੱਕੀ ਲੋਕਾਂ ਦੀ ਵੀ ਗਲਤੀ ਹੈ, ਉਹਨਾਂ ਨੇ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਨਿਚੋੜਿਆ ਨਹੀਂ। ਯੂ ਨੋ ਉਹਦੇ ਹੋਰ ਕਾਰਨ ਨੇ ਕਿ ਉਹਨਾਂ ਨੇ ਗਲਤੀ ਕਿਉਂ ਕੀਤੀ। ਉਹਦਾ ਵੱਡਾ ਕਾਰਨ ਇਹ ਸੀ ਕਿ ਉਸ ਵਕਤ ਜਿਹੜਾ ਸਾਰੀ ਦੁਨੀਆ ਦੋ ਪਾਵਰ ਬਲੋਕਸ ਦੇ ਵਿੱਚ ਵੰਡੀ ਹੋਈ ਸੀ, ਜਿਹੜਾ ਕਿ ਇੱਕ ਇਹਨੂੰ ਕੋਲਡ ਵਾਰ ਕਹਿੰਦੇ ਆ, ਕੋਲਡ ਵਾਰ ਵੈਲਰੀ, ਕਿ ਇੱਕ ਪਾਸੇ ਅਮਰੀਕਾ ਸੀ ਦੂਜੇ ਪਾਸੇ ਰੂਸ ਸੀ ਔਰ ਰੂਸ ਹੈ ਜਿਹੜਾ ਉਹ ਇੰਡੀਆ ਨੂੰ ਆਪਣੇ ਇਨਫਲੂਐਂਸ ਦਾ ਹਿੱਸਾ ਸਮਝਦਾ ਸੀ ਔਰ ਪਾਕਿਸਤਾਨ ਨੂੰ ਅਮਰੀਕਾ ਦਾ ਹਿੱਸਾ ਸਮਝਦਾ ਸੀ ਔਰ ਰੂਸ ਦੀ ਸਿਆਸਤ ਇਹ ਹੁੰਦੀ ਸੀ ਕਿ ਕੋਈ ਵੀ ਮੂਵਮੈਂਟ ਹੈ, ਕੋਈ ਵੀ ਲਹਿਰ ਹੈ, ਉਹ ਜਿਹੜਾ ਇੰਡੀਅਨ ਸਟੇਟ ਹੈ ਇੰਡੀਅਨ ਗਵਰਨਮੈਂਟ ਨੂੰ ਵੀਕ ਨਾ ਕਰੇ, ਕਿਉਂਕਿ ਜੇ ਇੰਡੀਅਨ ਗਵਰਨਮੈਂਟ ਵੀਕ ਹੁੰਦੀ ਹੈ ਤਾਂ ਰੂਸ ਦਾ ਸਾਥੀ ਇੱਕ ਵੀਕ ਹੁੰਦਾ ਹੈ ਤਾਂ ਰੂਸ ਦੀ ਦੁਨੀਆ ਭਰ 'ਚ ਤਾਕਤ ਵੀਕ ਹੁੰਦੀ ਹੈ। ਤਾਂ ਉਹਨਾਂ ਨੇ ਕਮਿਊਨਿਸਟ ਪਾਰਟੀਆਂ ਨੂੰ ਵੀ ਇਹ ਹਦਾਇਤ ਦਿੱਤੀ, ਇੱਥੋਂ ਤੱਕ ਕਿ ਜਿਹੜੀ ਸੀ ਪੀ ਆਈ ਹੈ ਕਮਿਊਨਿਸਟ ਪਾਰਟੀ ਆਫ ਇੰਡੀਆ, ਸੱਜੀ ਕਮਿਊਨਿਸਟ ਪਾਰਟੀ ਜਿਹਨੂੰ ਕਿਹਾ ਜਾਂਦਾ ਹੈ, ਉਹਨੇ ਐਮਰਜੈਂਸੀ ਦੇ ਵਿੱਚ ਇੰਦਰਾ ਗਾਂਧੀ ਦੀ ਸਪੋਰਟ ਕੀਤੀ ਸੀ। ਇਹ ਠੀਕ ਹੈ ਕਿ ਬਾਅਦ 'ਚ ਉਹਨਾਂ ਨੇ ਗਲਤੀ ਮੰਨ ਲਈ ਕਿ ਮੈਂ ਇਹ ਗਲਤੀ ਕੀਤੀ ਸੀਗੀ, ਪਰ ਉਹਨਾਂ ਨੇ ਇਹ ਇਸੇ ਕਰਕੇ ਗਲਤੀ ਕੀਤੀ ਸੀ ਕਿ ਉਹਨਾਂ ਨੂੰ ਸੋਵੀਅਤ ਯੂਨੀਅਨ ਤੋਂ ਇਹ ਹੁਕਮ ਆਉਂਦਾ ਸੀ ਔਰ ਭਾਰਤ ਦੀ ਕਮਿਊਨਿਸਟ ਪਾਰਟੀਆਂ ਦਾ ਇਹ ਦੁਖਾਂਤ ਰਿਹਾ ਹੈ ਕਿ ਇਹਨਾਂ ਨੇ ਆਜ਼ਾਦਾਨਾ ਤੌਰ 'ਤੇ ਨਹੀਂ ਸੋਚਿਆ। ਜਿਹੜਾ ਮਾਰਕਸਵਾਦ ਇੱਕ ਬਹੁਤ ਵਧੀਆ ਵਿਚਾਰਧਾਰਾ ਹੈ ਜਿਹੜੀ ਕਿ ਸੰਸਾਰ ਦੇ ਪੂੰਜੀਵਾਦ ਨੂੰ ਸਮਝਣ ਵਾਸਤੇ ਸਭ ਤੋਂ ਐਡਵਾਂਸਡ ਨੌਲੇਜ ਹੈ, ਪਰ ਪੰਜਾਬ ਦੇ ਕਮਿਊਨਿਸਟ ਹੈ ਬਹੁਤ ਇੰਨੇ ਪੜ੍ਹੇ ਲਿਖੇ ਨਹੀਂ ਸੀਗੇ, ਉਹ ਆਪਣੇ ਅੰਦਾਜ਼ ਆਪਣੀ ਇੰਡੀਪੈਂਡੈਂਟਲੀ ਸੋਚ ਨਹੀਂ ਡਿਵੈਲਪ ਕਰ ਸਕੇ। ਇਹਦੇ ਕੰਪੈਰੀਜ਼ਨ ਦੇ 'ਚ ਅਸੀਂ ਯੂਰਪ ਦੇ ਵਿੱਚ ਦੇਖੀਏ, ਫਰਾਂਸ ਹੈ, ਇਟਲੀ ਹੈ, ਜਰਮਨੀ ਹੈ, ਇੱਥੋਂ ਦੇ ਜਿਹੜੇ ਕਮਿਊਨਿਸਟ ਨੇ ਉਹ ਉਸ ਪੀਰੀਅਡ ਦੇ ਨੇ ਜਦੋਂ ਮਾਰਕਸ ਜਿਉਂਦਾ ਸੀ, ਉਹਨਾਂ ਨੇ ਮਾਰਕਸ ਨਾਲ ਵਾਰਤਾਲਾਪ ਕੀਤਾ ਹੋਇਆ ਸੀਗਾ, ਉਹਨਾਂ ਦੇ ਵਿੱਚ ਸੈਲਫ ਕੋਨਫੀਡੈਂਸ ਸੀਗਾ ਕਿ ਉਹ ਅੰਡਰਸਟੈਂਡ ਕਰਦੇ ਹੈ ਕਿ ਇਹਨੂੰ ਕਿਵੇਂ ਐਨਾਲਾਈਜ਼ ਕਰਨਾ। ਇੱਥੇ ਜਿਹੜਾ ਕਮਿਊਨਿਜ਼ਮ ਪੈਦਾ ਹੋਇਆ ਉਹ ਜਿਹੜਾ ਸੋਵੀਅਤ ਰੈਵੋਲੂਸ਼ਨ ਆਇਆ 1917 ਉਸ ਤੋਂ ਬਾਅਦ ਪੈਦਾ ਹੋਇਆ, ਇੱਥੋਂ ਜਿਹੜੀ ਕਮਿਊਨਿਸਟ ਪਾਰਟੀ ਹੈ ਉਹ ਹਮੇਸ਼ਾ ਸੋਵੀਅਤ ਯੂਨੀਅਨ ਦੇ ਥੱਲੇ ਲੱਗ ਕੇ ਕੰਮ ਕਰਦੀ ਰਹੀ। ਉਹਨਾਂ ਨੇ ਵੀ ਇਹ ਚੀਜ਼ ਨੂੰ ਕਿਹਾ ਕਿ ਵੱਖਵਾਦ ਵਾਲੀ ਗੱਲ ਹੈ, ਇੱਥੋਂ ਤੱਕ ਇਹ ਵੀ ਕਹਿਤਾ ਕਿ ਇੰਪੀਰੀਅਲਿਸਟ ਕੌਨਸਪਰੇਸੀ ਹੈ ਕਿ ਜਿਹੜਾ 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 ਦਰਬਾਰ ਸਾਹਿਬ ਹੈ ਉੱਥੇ ਬੈਠੇ ਨੇ ਵੱਖਵਾਦੀ, ਉਹ ਇੰਪੀਰੀਅਲਿਸਟ ਕੌਨਸਪਰੇਸੀ ਦੇ ਵਿੱਚ ਬੈਠੇ ਹੋਏ ਨੇ ਇੰਡੀਆ ਨੂੰ ਤੋੜਨ ਦੀ ਖਾਤਰ। ਉਹਨਾਂ ਨੂੰ ਇਹ ਲੱਗਦਾ ਸੀ ਵੀ ਇੰਡੀਆ ਨੂੰ ਤੋੜਨਾ, ਇੰਡੀਆ ਨੂੰ ਵੀਕ ਕਰਨਾ, ਜਿਹੜਾ ਸੋਵੀਅਤ ਰੂਸ ਨੂੰ ਕਮਜ਼ੋਰ ਕਰਨਾ, ਸੋਵੀਅਤ ਰੂਸ ਨੂੰ ਕਰਨਾ, ਸਮਾਜਵਾਦ ਨੂੰ ਕਮਜ਼ੋਰ ਕਰਨਾ। ਇਸ ਕਰਕੇ ਉਹ ਵੀ ਹੋ ਸਕਦਾ ਉਹਨਾਂ ਦੀਆਂ ਅੰਦਰੂਨੀ ਜਿਹੜੀਆਂ ਸੋਚਣੀਆਂ ਸੀ ਉਹ ਆਪਣੇ ਲੈਵਲ 'ਤੇ ਉਹਨਾਂ ਨੂੰ ਠੀਕ ਲੱਗਦੀਆਂ ਹੋਣ, ਪਰ ਬਾਹਰ ਮੁਖੀ ਉਹਨਾਂ ਦਾ ਜਿਹੜਾ ਇੰਪੈਕਟ ਸੀਗਾ ਉਹ ਬੜਾ ਘਾਤਕ ਸੀਗਾ। ਉਹਨਾਂ ਨੇ ਮਤਲਬ ਗਲਤ ਪ੍ਰਚਾਰ ਨੂੰ ਅੱਗੇ ਵਧਾਉਣ ਦੇ ਵਿੱਚ ਰੋਲ ਕੀਤੀ। ਹੁਣ ਆਪਾਂ ਨੂੰ ਇੱਥੇ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲਈ ਰੁਕਣਾ ਪੈਣਾ, ਉਸ ਤੋਂ ਬਾਅਦ ਮੈਂ ਤੁਹਾਡੇ ਤੋਂ ਜਾਣਾਂਗਾ ਇਹਦੇ ਪੰਜਾਬ ਤੇ ਸਾਡੇ ਲੋਕਾਂ ਤੇ ਮਨੁੱਖੀ ਸਰੋਤਾਂ ਤੇ ਇਹਦੇ ਸਮਾਜਿਕ ਤੇ ਆਰਥਿਕ ਪ੍ਰਭਾਵ ਕੀ ਪਏ, ਕਿੱਡਾ ਵੱਡਾ ਨੁਕਸਾਨ ਇਸ ਤੋਂ ਬਾਅਦ ਸਾਨੂੰ ਝੱਲਣਾ ਪਿਆ। ਡਾਕਟਰ ਸਾਹਿਬ ਇੱਕ ਵੱਡਾ ਸਦਮਾ ਸੀ, ਸੰਵੇਦਨਸ਼ੀਲ ਲੋਕਾਂ ਦੇ ਲਈ ਇੱਕ ਮਾਨਸਿਕ ਝਟਕਾ ਲੱਗਾ ਤੇ ਕੁਛ ਲੋਕ ਨੀਂ ਪਾਗਲ ਅਵਸਥਾ ਵਿੱਚ ਵੀ ਪਹੁੰਚ ਗਏ। ਉਹਨਾਂ ਨੂੰ ਸਮਝ ਨਹੀਂ ਸੀ ਲੱਗ ਰਹੀ ਕਿਉਂਕਿ ਉਸ ਝਟਕੇ ਦੇ ਲਈ ਤਿਆਰ ਹੀ ਨਹੀਂ ਸੀ, ਏਡਾ ਵੱਡਾ ਸ਼ੌਕ ਲੱਗਾ ਉਹਨਾਂ ਨੂੰ। ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਇਹਦੀ ਪੋਸਟ ਇਫੈਕਟ ਜੂਨ 84 ਦੇ ਕਿਸ ਤਰ੍ਹਾਂ ਕਿਸ ਕਿਸ ਪੱਖ ਤੋਂ ਦੇਖੇ ਜਾ ਸਕਦੇ ਨੇ। ਦੇਖੋ ਜੂਨ 84 ਦੇ ਜਿਹੜੇ ਇੰਪੈਕਟ ਸੀ ਉਹ ਇਕਨੋਮਿਕ ਵੀ ਸੀ, ਪੋਲੀਟੀਕਲ ਵੀ ਸੀ ਔਰ ਸਮਾਜਿਕ ਤੇ ਮਨੋਵਿਗਿਆਨਿਕ ਵੀ ਸੀ। ਜਿਹੜੇ ਇਕਨੋਮਿਕ ਤੇ ਪੋਲੀਟੀਕਲ, ਖਾਸ ਤੌਰ ਤੇ ਪੋਲੀਟੀਕਲ ਤੇ ਤਾਂ ਬੜਾ ਕੁਛ ਲਿਖਿਆ ਜਾ ਚੁੱਕਾ ਹੈ ਔਰ ਇਕਨੋਮਿਕ ਬਾਰੇ ਥੋੜਾ ਬਹੁਤ ਵੀ ਲਿਖਿਆ ਜਾ ਚੁੱਕਾ, ਜ਼ਿਆਦਾ ਸਮਝ ਨਹੀਂ
ਮੈਂ ਆਪਣੀ ਬੁੱਕ ਦੇ ਵਿੱਚ ਉਹਨੂੰ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਦਾ ਤੁਸੀਂ ਮੈਂਸ਼ਨ ਕੀਤਾ ਸੀ। ਪਰ ਜਿਹੜਾ ਮਨੋਵਿਗਿਆਨਿਕ ਤੇ ਸਮਾਜਿਕ ਜਿਹੜੀ ਉਹਦਾ ਇੰਪੈਕਟ ਹੋਇਆ ਉਹ ਬਹੁਤ ਘੱਟ ਸਟੱਡੀ ਹੋਇਆ, ਖਾਸ ਤੌਰ ਤੇ ਕਿ ਲੋਕਾਂ ਦੇ ਵਿੱਚ ਉਹਦਾ ਮਾਨਸਿਕ ਤੌਰ ਤੇ ਕੀ ਅਸਰ ਹੋਇਆ ਇਹਦੇ ਬਾਰੇ ਨਾ ਤਾਂ ਡਾਟਾ ਕਲੈਕਟ ਹੋਇਆ ਨਾ ਹੀ, ਕਿਉਂਕਿ ਨਾ ਤਾਂ ਸਿੱਖ ਜਥੇਬੰਦੀਆਂ ਨੇ ਕੋਸ਼ਿਸ਼ ਕੀਤੀ ਹੈ ਔਰ ਸਰਕਾਰ ਨੇ ਤਾਂ ਕਰਨੀ ਕਾਹੀ ਸੀ। ਉਹਦਾ ਮੈਨੂੰ ਲੱਗਦਾ ਕਿ ਸਭ ਤੋਂ ਜਿਹੜਾ ਬੁਰਾ ਅਸਰ ਹੋਇਆ ਹੈ ਉਹ ਬਜ਼ੁਰਗ ਲੋਕਾਂ ਤੇ ਹੋਇਆ, ਵੱਡੀ ਉਮਰ ਦੇ ਔਰਤਾਂ ਤੇ ਮਰਦ ਸੀ ਜਿਹੜੇ ਸਿੱਖ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਉਹਨਾਂ ਦੀ ਜ਼ਿੰਦਗੀ ਦੇ ਅਖੀਰਲੇ ਸਾਲਾਂ 'ਚ ਐਸੀ ਘਟਨਾ ਕਿਉਂ ਵਾਪਰ ਗਈ ਕਿ ਉਹਨਾਂ ਦਾ ਜੀਣਾ ਦੁੱਭਰ ਹੋ ਗਿਆ, ਉਹ ਖੁਸ਼ ਨਹੀਂ ਰਹਿ ਸਕਦੇ, ਔਰ ਕਿ ਐਡਾ ਵੱਡਾ ਪਾਪ ਹੋ ਗਿਆ ਉਹ ਉਸ ਚੀਜ਼ ਨੂੰ ਕਿਵੇਂ ਐਡਜਸਟ ਕਰਨ। ਤੁਸੀਂ ਐਡੇ ਵੱਡੇ ਪਾਪ ਤੋਂ ਬਾਅਦ ਰੋਜ਼ਾਨਾ ਦੀਆਂ ਖੁਸ਼ੀਆਂ 'ਚ ਸ਼ਾਮਿਲ ਹੋਣਾ ਨਹੀਂ ਤੁਹਾਨੂੰ ਚੰਗਾ ਲੱਗਦਾ, ਔਰ ਕਈ ਲੋਕਾਂ ਨੇ ਤਾਂ ਮੈਂਟਲ ਬੈਲੈਂਸ ਵੀ ਆਪਣਾ ਖੋ ਦਿੱਤਾ ਸੀ। ਮੇਰੇ ਇੱਕ ਆਪਣੇ ਰਿਸ਼ਤੇਦਾਰ ਸੀ ਤੇ ਬਜ਼ੁਰਗ ਉਮਰ ਦੇ, ਉਹ ਕੋਈ 80s ਦੇ ਵਿੱਚ ਹੋਣਗੇ ਜਦੋਂ ਆਪਰੇਸ਼ਨ ਬਲੂ ਸਟਾਰ, ਉਹ ਸਾਰੀ ਉਮਰ ਅਕਾਲੀ ਲਹਿਰ ਨਾਲ ਜੁੜੇ ਰਹੇ, ਪੰਜਾਬੀ ਸੂਬਾ ਲਹਿਰ ਦੇ ਵਿੱਚ ਉਹਨਾਂ ਨੇ ਜੇਲ੍ਹਾਂ ਕੱਟੀਆਂ, ਟਾਂਗਾਂ ਖਾਧੀਆਂ, ਪਰ ਉਹਨਾਂ ਨੂੰ ਪੂਰਾ ਮਾਣ ਸੀ ਕਿ ਉਹ ਸ਼ਾਨੇ ਜ਼ਿੰਦਗੀ ਨਾਲ ਰਹਿੰਦੇ ਸੀ, ਬੜੇ ਖੁਸ਼ ਮਿਜ਼ਾਜ ਸੀ, ਚੰਗੇ ਖਾਂਦੇ ਪੀਂਦੇ ਪਰਿਵਾਰ ਨਾਲ ਸੰਬੰਧ ਰੱਖਦੇ ਸੀ। ਹੀ ਲੋਸਟ ਹਿਜ਼ ਮੈਂਟਲ ਬੈਲੈਂਸ, ਉਹਨਾਂ ਦਾ ਬੁਰਾ ਹਾਲ ਹੋ ਗਿਆ ਕਿ ਕਦੇ ਤਾਂ ਇੱਕਦਮ ਗਾਲਾਂ ਕੱਢਣ ਲੱਗ ਜਾਂਦੇ ਸੀ, ਇੰਦਰਾ ਗਾਂਧੀ ਨੂੰ ਉੱਚੀ ਉੱਚੀ ਗਾਲਾਂ, ਬੜੀਆਂ ਗੰਦੀਆਂ ਗੰਦੀਆਂ ਗਾਲਾਂ ਕੱਢਣੀਆਂ, ਕਦੇ ਕਦੇ ਹੱਸੀ ਜਾਣਾ ਉਹਨੇ ਵਾਹ ਇਹਨੂੰ, ਔਰ ਕੁਛ ਸਾਲ ਹੀ ਜੁਆਇੰਗ ਉਸ ਤੋਂ ਬਾਅਦ ਉਹ ਗੁਜ਼ਰ ਗਏ। ਔਰ ਇਹ ਇੱਕ ਐਗਜ਼ਾਮਪਲ ਮੈਨੂੰ ਆਪ ਕੌਂਕਰੀਟ ਪਤਾ ਹੈ ਕਿਉਂਕਿ ਉਹ ਰਿਸ਼ਤੇਦਾਰੀ ਦੇ ਵਿੱਚ ਹੈ, ਔਰ ਇਸ ਤਰ੍ਹਾਂ ਦੀਆਂ ਐਗਜ਼ਾਮਪਲ ਬੜੀਆਂ ਹੀ ਨੇ। ਮੇਰੇ ਇੱਕ ਹੋਰ ਦੋਸਤ ਮਿੱਤਰ ਸੀ, ਉਹਨਾਂ ਨੇ ਮੈਨੂੰ ਦੱਸਿਆ ਕਿ ਜਦੋਂ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਉਸ ਦਿਨ ਉਹਦੀ ਮਾਂ ਕਹਿੰਦੀ ਕਿ ਮੈਂ ਖਾਣਾ ਨਹੀਂ ਖਾਣਾ, ਕਹਿੰਦੀ ਦਰਬਾਰ ਸਾਹਿਬ 'ਤੇ ਅਟੈਕ ਹੋ ਗਿਆ, ਮੇਰੇ ਲਈ ਖਾਣਾ ਦੁੱਭਰ ਨਹੀਂ ਹੈ। ਉਹ ਕਹਿੰਦਾ ਕਿ ਮੈਨੂੰ ਝੂਠ ਬੋਲਣਾ ਪਿਆ ਆਪਣੀ ਮਾਂ ਨੂੰ ਕਿ ਮਾਂ ਮੈਂ ਪਤਾ ਕੀਤਾ ਵੀ ਦਰਬਾਰ ਸਾਹਿਬ 'ਤੇ ਕੋਈ ਨੁਕਸਾਨ ਨਹੀਂ ਹੋਇਆ, ਪੁਲਿਸ ਤਾਂ ਬਾਹਰੋਂ ਹੀ ਹੈ। ਕਹਿੰਦਾ ਮੈਨੂੰ ਇਹ ਲੱਗਦਾ ਸੀ ਵੀ ਇਹਨੇ ਖਾਣਾ ਨਹੀਂ ਖਾਧਾ ਤਾਂ 2 ਦਿਨਾਂ 'ਚ ਮਰ ਜੂਗੀ ਇਹਨੂੰ, ਅਤੇ ਜਾਂ ਇਹ ਪਾਗਲ ਹੋ ਜੂਗੀ ਇਹਨੂੰ। ਹੁਣ ਇਹ ਹੈ ਜਿਹੜਾ ਅਨੈਲਿਸਿਸ ਨਹੀਂ ਕੀਤਾ ਇਹਦਾ, ਜਿਹੜਾ ਇੰਨੀ ਵੱਡੀ ਸਟ੍ਰੈਸ ਦੇ ਵਿੱਚੋਂ ਲੋਕ ਗੁਜ਼ਰੇ ਆ, ਔਰ ਇਸੇ ਤਰ੍ਹਾਂ ਹੀ ਮਤਲਬ ਤੁਸੀਂ ਜੇ ਉਹ ਤਾਂ 84 ਦੀ ਆਪਾਂ ਇਮੀਡੀਏਟਲੀ ਦੀ ਗੱਲ ਕਰਦੇ ਹਾਂ, ਉਸ ਤੋਂ ਬਾਅਦ ਜੋ ਕੁਛ ਹੋਇਆ ਜੋ ਲੋਕ ਜੇਲ੍ਹਾਂ 'ਚ ਤੁੰਨੇ ਗਏ ਉਹਨਾਂ ਦੇ ਘਰਾਂ 'ਤੇ ਜੋ ਜ਼ੁਲਮ ਹੋਇਆ, ਉਦੋਂ ਬਾਅਦ ਸਿੱਖ ਲਹਿਰ ਖੜੀ ਹੋਈ ਉਹ ਵੀ ਉਹਦੇ ਵਿੱਚੋਂ ਨਿਕਲੀ, ਜਿਹੜਾ 1984 'ਚ ਕਤਲੇਆਮ ਹੋਇਆ ਦਿੱਲੀ ਦੇ ਵਿੱਚ, ਉੱਥੇ ਵੀ ਜਿਹੜੇ ਮਤਲਬ ਲੋਕ ਮਾਰੇ ਗਏ ਜਿਹਨਾਂ ਦੇ ਬੱਚੇ ਲੁੱਟੇ ਗਏ, ਉਦੋਂ ਬਾਅਦ ਉਹਦੀਆਂ ਜ਼ਿੰਦਗੀਆਂ ਦੁੱਭਰ ਹੋ ਗਈਆਂ, ਔਰ ਉਹਨਾਂ ਦੀ ਗਿਣਤੀ ਲੱਖਾਂ ਦੇ ਵਿੱਚ ਬਣਦੀ ਹੈ ਇਹਨੂੰ। ਉਹਨਾਂ ਦੇ ਕੀ ਅਸਰ ਹੋਇਆ ਜਿਹਨਾਂ ਦੀਆਂ ਸਾਰੀਆਂ ਸਾਰੀਆਂ ਫੈਮਿਲੀਆਂ ਚਲੀਆਂ ਗਈਆਂ, ਉਹਨਾਂ ਦਾ ਮਤਲਬ ਜਿਹੜਾ ਇੱਕ ਤੁਸੀਂ ਕਹਿੰਦੇ ਹੈ ਇੱਕ ਜੋ ਐਥੀਕਲ ਬਿਹੇਵੀਅਰ ਆ ਉਹਦੇ 'ਤੇ ਵੀ ਫਰਕ ਹੋਇਆ। ਜਿਵੇਂ ਮੈਨੂੰ ਇੱਕ ਜਗ੍ਹਾ ਪਤਾ ਲੱਗਾ ਕਿ ਇੱਕ ਭੂਆ ਨੇ ਉਸ ਨੂੰ ਇਹ ਦੱਸਤਾ ਕਿ ਉਹਦਾ ਜਿਹੜਾ ਭਤੀਜਾ ਹੈ ਉਹ ਕਿੱਥੇ ਹੈ, ਕਿਉਂਕਿ ਪੁਲਿਸ ਉਹਨਾਂ 'ਤੇ ਅੱਤਿਆਚਾਰ ਕਰ ਰਹੀ ਸੀ। ਇੱਕ ਭੂਆ ਕਦੇ ਵੀ ਨਹੀਂ ਚਾਹੋਗੇ ਆਪਣੇ ਨੂੰ, ਪਰ ਉਹਨੇ ਟੈਰਰ ਦੇ ਥੱਲੇ ਆ ਕੇ ਟੋਰਚਰ ਦੇ ਥੱਲੇ ਆ ਕੇ ਉਹਨੂੰ ਪਤਾ ਸੀਗਾ ਜੋ ਫੜਿਆ ਗਿਆ ਤਾਂ ਪੁਲਿਸ ਉਹਨੂੰ ਮਾਰੂਗੀ ਇਹਨੂੰ, ਪਰ ਉਹ ਹੈ ਕਿ ਉਹ ਆਪਣੇ ਕਿਸੇ ਹੋਰ ਨੂੰ ਬਚਾਉਣੀ ਚਾਹੁੰਦੀ ਸੀ। ਇਸ ਤਰ੍ਹਾਂ ਦੀਆਂ ਸੈਵਰਲ ਐਗਜ਼ਾਮਪਲਸ ਨੇ ਕਿ ਲੋਕ ਇੰਨੇ ਸਟ੍ਰੈਸ 'ਚੋਂ ਜਿਉਏ ਨੇ। ਔਰ ਜਿਹੜੀ ਅਸੀਂ ਗੱਲ ਕਰਦੇ ਨਾ ਬਾਅਦ ਦੇ ਵਿੱਚ ਕਿ ਮੌਤਾਂ ਮਤਲਬ ਲੋਕ ਸੁਈਸਾਈਡ ਕਰ ਰਹੇ ਨੇ ਜਾਂ ਨਸ਼ੇ ਕਰ ਰਹੇ ਨੇ, ਮੈਂ ਇਸ ਚੀਜ਼ ਨੂੰ ਸਮਝਦਾ ਹਾਂ ਕਿ ਪੰਜਾਬ ਦੇ ਲੋਕ ਕਈ ਦਹਾਕਿਆਂ ਤੱਕ ਇੰਨੇ ਸਟ੍ਰੈਸ 'ਚ ਰਹੇ ਨੇ ਕਿ ਉਹ ਸਟ੍ਰੈਸ ਨੂੰ ਜੇ ਕਿਸੇ ਹੋਰ ਚੰਗੀ ਐਡਵਾਂਸ ਸੋਸਾਇਟੀ 'ਚ ਹੁੰਦਾ ਤਾਂ ਉਹਦੇ 'ਚ ਲੋਕਾਂ ਨੇ ਉਹਦਾ ਸਾਈਕੋਥੈਰੇਪੀ, ਉਹਨਾਂ ਦੀ ਕਾਉਂਸਲਿੰਗ, ਉਹਨਾਂ ਨਾਲ ਗੱਲਬਾਤ ਦੇ ਤਰੀਕੇ ਸੋਚਣੇ ਚਾਹੁੰਦੇ ਸੀ। ਹੁਣ ਕੋਵਿਡ ਬਾਰੇ ਚੱਲ ਰਿਹਾ ਆਪਾਂ ਕਿ ਮੌਤਾਂ ਹੋ ਰਹੀਆਂ, ਡਾਕਟਰ ਜਾਂ ਨਰਸਿਸ ਮਰ ਰਹੇ ਨੇ, ਹੋਰ ਨੇ, ਸਰਕਾਰਾਂ ਇਸ ਗੱਲ ਬੜੇ ਬਹੁਤ ਚਿੰਤਿਤ ਨੇ ਕਿ ਬਹੁਤ ਵੱਡਾ ਇੱਕ ਨਵਾਂ ਇਹਨੂੰ ਸਮੱਸਿਆ ਖੜੀ ਹੋਊਗੀ ਕਿ ਮੈਂਟਲ ਇਲਨੈਸ ਹੋਊਗੀ ਲੋਕਾਂ ਦੇ ਵਿੱਚ ਇਹਨੂੰ, ਸਾਰੇ ਮੁਲਕਾਂ ਦੇ ਵਿੱਚ ਕਿ ਇੰਨੇ ਲੋਕ ਸਟ੍ਰੈਸ 'ਚੋਂ ਲੰਘ ਰਹੇ ਨੇ। ਪਰ ਉੱਥੇ ਇਹਨੂੰ ਕਈ ਗੁਣਾ ਜ਼ਿਆਦਾ ਸਟ੍ਰੈਸ ਸੀ ਇਹਨੂੰ ਕਿ ਤੁਹਾਨੂੰ ਮਤਲਬ ਡਰ ਆ ਹਮੇਸ਼ਾ ਇਹਨੂੰ। ਸੋ ਇਹ ਇੱਕ ਬਹੁਤ ਵੱਡੀ ਇੱਕ ਸਮਾਜਿਕ ਮਨੋਵਿਗਿਆਨਿਕ ਤੌਰ ਦੀ ਤਬਦੀਲੀ ਹੈ ਜਿਹਨੂੰ ਅੰਡਰਸਟੈਂਡ ਨਹੀਂ ਕੀਤਾ ਗਿਆ, ਔਰ ਇਸੇ ਕਰਕੇ ਜਿਹੜੀ ਪੰਜਾਬ ਦੇ ਵਿੱਚ ਉਥਲ ਪੁਥਲ ਵੀ ਹੋਈ ਹੈ ਬਾਅਦ ਦੇ ਵਿੱਚ, ਉਹਨੂੰ ਅੰਡਰਸਟੈਂਡ ਕਰਨ ਦੇ ਵਿੱਚ ਵੀ ਇਹ ਜਿਹੜੀ ਐਬਸੈਂਸ ਹੈ ਉਹਨੂੰ ਇੰਡੀਕੇਟ ਕਰਦੀ ਹੈ ਕਿ ਅਸੀਂ ਸਿਰਫ ਜਿਹੜਾ ਪੋਲੀਟੀਕਲ ਲੈਵਲ 'ਤੇ ਸੋਚਦੇ ਹਾਂ ਕਿ ਖਾਸ ਤਾਂ ਲਹਿਰ ਖੜੀ ਹੋ ਗਈ, ਅਕਾਲੀ ਪਿੱਛੇ ਰਹਿ ਗਏ ਜਾਂ ਅਕਾਲੀਆਂ ਦੀ ਸਰਕਾਰ ਆ ਗਈ ਜਾਂ ਉਦੋਂ ਬਾਅਦ ਬੇਅੰਤ ਸਿੰਘ ਦੀ ਸਰਕਾਰ ਆ ਗਈ, ਲੋਕ ਇਹਦੇ ਇਸ ਗੱਲ 'ਤੇ ਜ਼ੋਰ ਦਿੰਦੇ ਆ। ਇਹ ਨਹੀਂ ਮੈਂ ਕਹਿੰਦਾ ਕਿ ਉਹ ਗਲਤ ਹੈ,
जो एनालिसिस करना भी ठीक है, पर जिहड़ी डुंगाई दे विच जिहड़ी जिहड़ी होर जिहड़ी सोसाइटी नूं डे टू डे लाइफ ते जिहड़ी चीज इंडीकेट करदी है ओहनूं नहीं इस चीज नूं स्टडी कीता गया। इह साडी सोसाइटी दी अपनी एक बड़ी कमजोरी है। ਤੁਸੀਂ ਪੰਜਾਬੀ ਟ੍ਰਿਬਿਊਨ ਚ ਇੱਕ ਆਰਟੀਕਲ ਲਿਖਿਆ ਸੀ ਜੀ ਪਿਛਲੇ ਸਾਲਾਂ ਦੌਰਾਨ, ਤੁਸੀਂ ਆਪਣੇ ਮਾਮਾ ਜੀ ਦਾ ਵੀ ਜ਼ਿਕਰ ਕੀਤਾ ਸੀ, ਉਹ ਵੀ ਤੁਹਾਡੇ ਚੇਤਨ ਚ ਹੋਏਗੀ ਜਿਹੜੀ ਘਟਨਾ, ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ? ਹਾਂ ਬਿਲਕੁਲ ਬਿਲਕੁਲ, ਉਹ ਮਤਲਬ ਤੁਸੀਂ ਬਿਲਕੁਲ ਠੀਕ ਹੈ, ਉਹ ਮੈਂ ਇਸ ਕਰਕੇ ਕੀਤੀ ਸੀ ਕਿ ਮੈਂ ਸਮਝਦਾ ਸੀ ਕਿ ਇੱਕ ਪਰਸਨਲ ਤੇ ਪੋਲੀਟੀਕਲ ਕਿਵੇਂ ਜੁੜੇ ਹੁੰਦੇ ਆ, ਕਿ ਮੇਰੇ ਮਾਮਾ ਜੀ ਬੜੇ ਵਧੀਆ ਇਨਸਾਨ ਸਨ, ਬੜੇ ਦਲੇਰ ਕਿਸਮ ਦੇ ਇਨਸਾਨ ਸਨ, ਲੰਮੇ ਲੰਝੇ ਜਿਹੜੇ ਕਿ ਆਮ ਸਿੱਖਾਂ ਬਾਰੇ ਕਿਹਾ ਜਾਂਦਾ ਹੈ ਕਿ ਇਹਨੂੰ ਲੰਬੇ ਲੰਝੇ ਤਾਕਤਵਰ ਤੇ 6.5 ਫੁੱਟ ਲੰਮੇ ਤੇ ਖੁਸ਼ ਮਿਜ਼ਾਜ ਬੰਦੇ, ਸਾਰੀ ਜ਼ਿੰਦਗੀ ਚੰਗੀ ਜ਼ਿੰਦਗੀ ਜੁਆਈ, ਚੰਗੀ ਜ਼ਮੀਨ ਵਾਲੇ ਸੀ, ਤੇ ਉਹਨਾਂ ਤੇ ਦਰਬਾਰ ਸਾਹਿਬ ਦਾ ਬੜਾ ਬੁਰਾ ਅਸਰ ਹੋਇਆ। ਉਹਦਾ ਇੱਕ ਅਸਰ ਇਹ ਸੀ ਕਿ ਉਹਨਾਂ ਨੇ ਹੱਸਣਾ ਬੰਦ ਕਰਤਾ, ਔਰ 15 ਸਾਲ ਜੁਆਏ ਉਸ ਤੋਂ ਬਾਅਦ, ਔਰ 15 ਸਾਲਾਂ ਚ ਮੈਂ 15 ਸਾਲ ਤੋਂ ਉੱਥੇ ਨਹੀਂ ਰਿਹਾ, ਪਰ ਜਿੰਨੇ ਵਾਰਾਂ ਵੀ ਮੈਂ ਉਹਨਾਂ ਨੂੰ ਦੇਖਿਆ ਉਦਾਸੀ ਸੀ, ਮਤਲਬ ਉਹ ਜਿਹੜਾ ਹਰਟ ਸੀਗਾ ਉਹ ਇੰਨਾ ਡੀਪ ਜਾ ਚੁੱਕਾ ਸੀ ਕਿ ਉਹਨਾਂ ਨੂੰ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਜਿਹੜੀਆਂ ਉਹ ਫਜ਼ੂਲ ਲੱਗਦੀਆਂ ਸੀਗੀਆਂ, ਇਹ ਕੋਈ ਚੀਜ਼ ਐਡਾ ਵੱਡਾ ਵਾਕਿਆ ਹੋ ਗਿਆ, ਉਹ ਮਤਲਬ ਦਿਲ ਦੇ ਤੂ ਅੰਦਰ ਤੱਕ ਜਾ ਚੁੱਕਾ ਸੀ, ਤੇ ਉਹ ਮਤਲਬ ਹੀ ਡਿਡਨਟ ਲਾਫ, ਹੀ ਸਟੌਪਡ ਲਾਫਿੰਗ। ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੁੰਦਾ ਸੀ, ਯੂਨੋ ਕਿ ਯੂਨੋ ਮਾਮਾ ਇਸ ਤਰ੍ਹਾਂ ਸਫ਼ਰ ਕਰ ਰਹੇ ਹੈ, ਔਰ ਮੈਂ ਇੱਕ ਵਾਰ ਮਾਮਾ ਜੀ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕੀਤੀ ਕਿ ਮਾਮਾ ਜੀ ਤੁਹਾਨੂੰ ਕਿਵੇਂ ਲੱਗਦਾ, ਉਹ ਜਦੋਂ ਵੀ ਮੈਂ ਗੱਲ ਕਰਨ ਦੀ ਕੋਸ਼ਿਸ਼, ਉਹਨਾਂ ਨੇ ਇਹ ਕਹਿਣਾ ਯਾਰੋ ਲੋਹੜਾ ਪੈ ਗਿਆ ਸਾਡੇ ਮੁਲਕ ਦੀ ਆਪਦੀ ਫੌਜ ਤੇ ਉੱਥੇ ਦਰਬਾਰ ਸਾਹਿਬ ਤੇ ਹਮਲਾ ਕਰਤਾ, ਇਹ ਕੋਈ ਗੱਲ ਬਣਦੀ ਹੈ? ਉਹਨਾਂ ਨੂੰ ਇਸ ਗੱਲ ਦਾ ਹੀ ਸ਼ੌਕ ਸੀ ਕਿ ਉਹ ਸਾਡੇ ਆਪਣੇ ਮੁਲਕ ਦੀ ਫੌਜ ਸੀਗੀ, ਆਪਣੇ ਮੁਲਕ ਦੀ ਫੌਜ ਨੇ ਸਾਡੇ ਸਭ ਤੋਂ ਪਵਿੱਤਰ ਸਥਾਨ ਤੇ ਕਿਉਂ ਹਮਲਾ ਕਰਤਾ, ਉੱਥੇ ਇੰਨੇ ਜਾਨ ਮਾਰੀ ਗਈ। ਔਰ ਫਿਰ ਮੈਂ ਉਹਨਾਂ ਨੂੰ ਇੱਕ ਵਾਰ ਮਿਲਣ ਗਿਆ ਸੀ, ਕਿਉਂਕਿ ਮੈਂ 87 'ਚ ਇੱਥੇ ਆ ਗਿਆ ਸੀ ਆਕਸਫੋਰਡ, ਅਤੇ ਜਦੋਂ ਜਾਂਦਾ ਸੀ ਹਲਕੀ ਵਾਰ ਮਿਲਦਾ ਸੀ। ਇੱਕ ਵਾਰ ਮੈਂ ਸੋਚਿਆ ਕਿ ਮੈਂ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਾਂ, ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮਾਮਾ ਜੀ ਮੈਂ ਨਾ ਤੁਹਾਨੂੰ ਕੋਈ ਤੋਹਫ਼ਾ ਦੇਣਾ ਚਾਹੁੰਦਾ, ਅਤੇ ਜੋ ਤੁਹਾਡਾ ਦਿਲ ਕਰਦਾ, ਯੂਨੋ ਮੈਂ 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 ਨਹੀਂ ਸੋਚਦਾ ਕਿ ਮੈਂ ਕੀ ਦੇਣਾ ਚਾਹੁੰਦਾ, ਜੋ ਤੁਹਾਡਾ ਦਿਲ ਕਰਦਾ ਤੁਸੀਂ ਦੱਸ ਦਿਓ, ਮੈਂ ਤੁਹਾਨੂੰ ਤੋਹਫ਼ਾ ਦੇਵਾਂਗੀ। ਉਹਨਾਂ ਨੇ ਇੱਕ ਮਿੰਟ ਹੀ ਲਾਇਆ, ਮੈਨੂੰ ਕਹਿੰਦੇ ਬਸ ਮੈਨੂੰ ਇੱਕ ਕੇਸਰੀ ਪੱਗ ਲਿਆ ਦੇ। ਉਹ ਜਿਹੜੀ ਕੇਸਰੀ ਪੱਗ ਦਾ ਜਿਹੜਾ ਚਿੰਨ੍ਹ ਹੈ ਨਾ, ਉਹ ਤਿਆਗ ਦਾ ਚਿੰਨ੍ਹ ਹੈ ਕਿ ਮੇਰਾ ਇਸ ਦੁਨੀਆਂ 'ਚ ਹੁਣ ਜੀ ਨਹੀਂ ਲੱਗਦਾ, ਇਹ ਜਿਹੜੀ ਦੁਨੀਆਂ ਹੈ ਇਹ ਮੇਰੇ ਜੀਵਨ ਦੇ ਆਖਰੀ ਸਾਲ ਹੈ, ਇਹ ਮੇਰੇ ਖੁਸ਼ੀ ਦੇ ਸਿਆਲ ਨਹੀਂ, ਮੇਰਾ ਤਿਆਗ ਹੈ। ਉਹ ਜਿਹੜੀ ਗੱਲ ਹੈ ਖਾਸ ਤੌਰ 'ਤੇ ਬਜ਼ੁਰਗ ਲੋਕਾਂ ਨੂੰ ਬਹੁਤ ਹੀ ਟੱਚ ਕਰਦੀ ਸੀ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦੀ ਜ਼ਿੰਦਗੀ ਦੇ ਆਖਰੀ ਸਾਲ ਦੁੱਭਰ ਹੋ ਗਏ, ਜਿਹਦੇ 'ਚ ਉਹਨਾਂ ਨੇ ਆਪਣੇ ਪੋਤਰੇ ਪੋਤੀਆਂ ਨਾਲ, ਦੋਹਤੇ ਦੋਹਤੀਆਂ ਨਾਲ ਖੁਸ਼ੀਆਂ ਮਾਨਣੀਆਂ ਸੀ, ਉਹਨਾਂ ਦੇ ਵਿਆਹਾਂ ਦੀਆਂ ਖੁਸ਼ੀਆਂ ਕਰਨੀਆਂ ਸੀ, ਉਹ ਉਹਨਾਂ ਲਈ ਮੀਨਿੰਗਫੁੱਲ ਨਹੀਂ ਰਹੀਆਂ। ਉਹਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਐਡੇ ਵੱਡੇ ਦੁਕਾਨ ਤੋਂ ਬਾਅਦ ਨਿੱਕੀਆਂ ਨਿੱਕੀਆਂ ਚੀਜ਼ਾਂ, ਇਹਨੂੰ ਇਹੀ ਗੱਲ ਜਿਹੜੀ ਪਾਰਟੀਸ਼ਨ ਹੋਈ ਸੀ, ਪਾਰਟੀਸ਼ਨ ਤੋਂ ਬਾਅਦ ਵੀ ਕੁਝ ਲੋਕਾਂ ਨਾਲ ਇੰਨਾ ਦੁਖਾਂਤ ਹੋਇਆ ਸੀ। ਮੇਰੇ ਵੱਡੇ ਭਾਈ ਸਾਹਿਬ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਪੜ੍ਹੇ ਸੀ, ਤਾਂ ਉਹ ਇੱਕ ਉਹਨਾਂ ਦਾ ਪ੍ਰੋਫੈਸਰ ਸੀ, ਉਹਦੇ ਬਾਰੇ ਉਹ ਦੱਸਦੇ ਹੁੰਦੇ ਸੀ ਕਿ ਉਹ ਪ੍ਰੋਫੈਸਰ ਸਾਹਿਬ ਹੱਸਦੇ ਹੀ ਨਹੀਂ। ਇੱਕ ਵਾਰ ਉਹਨਾਂ ਨੇ ਹੌਲੀ ਹੌਲੀ ਪ੍ਰੋਫੈਸਰ ਸਾਹਿਬ ਨਾਲ ਦੋਸਤੀ ਕਰਕੇ ਗੱਲ ਕੀਤੀ ਕਿ ਪ੍ਰੋਫੈਸਰ ਸਾਹਿਬ ਤੁਸੀਂ ਨਾ ਤੁਹਾਨੂੰ ਬੜਾ ਲੱਗਦਾ, ਤੁਹਾਨੂੰ ਬਹੁਤ ਪਿਆਰ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਪਰ ਤੁਸੀਂ ਉਦਾਸ ਰਹਿੰਦੇ ਹਮੇਸ਼ਾ, ਕੋਈ ਹੱਸਦੇ ਨਹੀਂ। ਉਹਨੇ ਫਿਰ ਪ੍ਰੋਫੈਸਰ ਨੇ ਖੁੱਲ੍ਹ ਕੇ ਗੱਲ ਦੱਸੀ ਕਿ ਮੇਰੇ ਸਾਰੇ ਭਰਾ ਮਾਰੇ ਗਏ ਸੀ ਪਾਰਟੀਸ਼ਨ ਦੇ ਵਿੱਚ 1947 ਦੇ ਵਿੱਚ। ਜਦੋਂ ਕਿਸੇ ਬੰਦੇ ਨਾਲ ਐਡਾ ਵੱਡਾ ਦੁਖਾਂਤ ਹੋ ਜਾਵੇ ਤਾਂ ਉਹ ਤਾਂ ਪਰਸਨਲ ਦੁਖਾਂਤ ਸੀਗਾ, ਹੁਣ ਸਾਡੇ ਪਰਿਵਾਰ 'ਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ ਸੀ, ਪਰ ਉਹ ਹੈ ਜਿਹੜਾ ਇੱਕ ਕੌਮੀ ਦੁਖਾਂਤ ਸੀਗਾ ਜਿਹੜਾ ਜਿਹੜਾ ਦਰਬਾਰ ਸਾਹਿਬ 'ਤੇ। ਮੈਂ ਕਹਿੰਦਾ ਕਿ ਦਰਬਾਰ ਸਾਹਿਬ ਹੈ ਸਿੱਖਾਂ ਦੇ ਮਨਾਂ ਦੇ ਵਿੱਚ ਵੱਸਦਾ, ਯੂਨੋ ਭਾਵੇਂ ਕੋਈ ਸਿੱਖ ਕਿਸੇ ਵੀ, ਭਾਵੇਂ ਕਾਂਗਰਸੀ ਹੈ, ਅਕਾਲੀ ਹੈ, ਈਵਨ ਕਮਿਊਨਿਸਟ ਵੀ ਹੈ, ਉਹਨਾਂ ਦੇ ਸ਼ਰਧਾ ਬਹੁਤ ਡੂੰਘੀ ਹੈ, ਕਿਉਂਕਿ ਉੱਥੇ ਬੜਾ ਕੁਛ ਵਾਪਰਿਆ, ਉੱਥੇ ਸਾਡਾ ਇਤਿਹਾਸ ਹੈ, ਉੱਥੇ ਸਾਡੇ ਗੁਰੂਆਂ ਦੇ ਪੈਰ ਹੈ, ਉੱਥੇ ਸਾਡੀਆਂ ਸਾਡੇ ਪਵਿੱਤਰ ਸਥਾਨ ਹੈ, ਉੱਥੇ ਸਾਡੇ ਪਵਿੱਤਰ ਗ੍ਰੰਥ ਨੇ, ਗੁਰੂਆਂ ਦੇ ਹੱਥ ਲਿਖਤ ਹੁਕਮਨਾਮੇ ਉੱਥੇ ਪਏ ਸੀ ਲਾਇਬ੍ਰੇਰੀ ਦੇ ਵਿੱਚ। ਤਾਂ ਉਹਦੇ ਨਾਲ ਸਿੱਖਾਂ ਦੀ ਬਹੁਤ ਡੂੰਘੀ ਜੋ ਹੈ ਯੂਨੋ ਸਾਂਝ ਹੈ, ਉਹ ਜਿਹੜੀ ਉਸ ਜਿਹੜੀ ਮਾਨਸਿਕ ਅਵਸਥਾ 'ਤੇ ਅਟੈਕ ਹੋਇਆ ਹੈ, ਉਹ ਉਸ ਚੀਜ਼ ਨੂੰ ਮੈਂ ਉਸ ਦੇ ਥਰੂ ਕੀਤਾ ਸੀ ਕਿ ਮੇਰੇ ਲਈ ਜਦੋਂ ਮੈਂ ਦੇਖਦਾ ਹੈ ਤਾਂ ਮੇਸ਼ ਜਿਹੜਾ ਇੱਕ ਦੁਖਾਂਤ ਓਪਰੇਸ਼ਨ ਬਲੂ ਸਟਾਰ ਦਾ, ਉਹ ਮੇਰੇ ਨਾਲ ਮੇਰੇ ਮਾਮਾ ਜੀ ਦਾ ਜਿਹੜਾ ਪੇਨ ਹੈ ਉਹ ਵੀ ਨਾਲ ਜੁੜਿਆ ਹੋਇਆ, ਔਰ ਇਸੇ ਤਰ੍ਹਾਂ ਹੀ ਕਿੰਨੇ ਲੋਕਾਂ ਨਾਲ ਹੋਏਗਾ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਪਰਸਨਲ ਇੰਸੀਡੈਂਟ ਹੋਣਗੇ, ਕੁਛ ਜਿਹੜੇ ਕੁਲੈਕਟਿਵ ਇੰਸੀਡੈਂਟ ਆ, ਉਹ ਰਲ ਕੇ ਤੁਹਾਨੂੰ ਪਤਾ ਲੱਗਦਾ ਕਿ ਲੋਕਾਂ ਦੀ ਜ਼ਿੰਦਗੀ 'ਤੇ ਕੀ ਅਸਰ ਹੋਇਆ।
ਬਿਲਕੁਲ ਕਿੱਡਾ ਵੱਡਾ ਦੁਖਾਂਤ ਹੈ। ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਨੇ ਕਿਤਾਬ ਲਿਖੀ ਔਰ ਉਹ ਇੰਗਲਿਸ਼ ਦੇ ਵਿੱਚ ਹੈ, ਪਰ ਬੜੀ ਉਹਨਾਂ ਨੇ ਸਰਲ ਭਾਸ਼ਾ ਉਹਨਾਂ ਦੀ ਕਿਉਂਕਿ ਬੜੀ ਪਕੜ ਮਜ਼ਬੂਤ ਹੈ। ਇਕੋਨਮੀ ਕਲਚਰ ਐਂਡ ਹਿਊਮਨ ਰਾਈਟਸ ਟਰਬਲੈਂਸ ਇਨ ਪੰਜਾਬ ਇੰਡੀਆ ਐਂਡ ਬਿਯੋਂਡ, ਆਕਸਫੋਰਡ ਇਹ ਪ੍ਰੈਸ ਨੇ ਮੇਰੇ ਖਿਆਲ ਚ ਛਾਪੀ ਹੈ, ਤੁਸੀਂ ਇਹ ਮੰਗਵਾ ਸਕਦੇ ਇੱਥੋਂ ਵੀ, ਜਿਹੜਾ ਇੰਡੀਅਨ ਬੁੱਕ ਡਿਪੂ ਆ ਯੋਰਕ ਬਿੰਗ ਸੈਂਟਰ ਚ। ਜਾਂ ਵਧੀਆ ਗੱਲ ਇਹ ਹੁੰਦੀ ਹੈ ਕਿ ਇਹੋ ਜਿਹੀਆਂ ਕਿਤਾਬਾਂ ਲਾਇਬ੍ਰੇਰੀਆਂ 'ਚ ਜਾਣੀਆਂ ਚਾਹੀਦੀਆਂ ਨੇ। ਲਾਇਬ੍ਰੇਰੀਆਂ 'ਚ ਜਾ ਕੇ ਤੁਸੀਂ ਜਦੋਂ ਮੰਗ ਕਰੋਗੇ ਤਾਂ ਉਹ ਤੁਹਾਨੂੰ ਮੰਗਵਾ ਦਿੰਦੇ ਨੇ, ਤੁਸੀਂ ਪੜ੍ਹ ਸਕਦੇ ਹੋ। ਇਹ ਮਹੀਨਿਆਂ ਦੀ ਨਹੀਂ ਬਲਕਿ ਸਾਲਾਂ ਬੱਧੀ ਮਿਹਨਤ ਦਾ ਨਤੀਜਾ ਹੁੰਦਾ ਇਹੋ ਜਿਹੀਆਂ ਕਿਤਾਬਾਂ, ਅਤੇ ਤੁਸੀਂ ਜ਼ਰੂਰ ਪੜ੍ਹੋ। ਮੈਂ ਪੁਰਜ਼ੋਰ ਸਿਫਾਰਿਸ਼ ਕਰਦਾ ਇਸ ਕਿਤਾਬ ਨੂੰ ਪੜ੍ਹਨ ਲਈ, ਜਿਨ੍ਹਾਂ ਨੇ ਹੋਰ ਸਮਝਣਾ ਹਿਊਮਨ ਰਾਈਟਸ ਨੂੰ ਅਤੇ ਪੰਜਾਬ ਦੇ ਵਿੱਚ ਗੜਬੜ ਅਤੇ ਉਹਨੂੰ ਇੰਡੀਆ ਅਤੇ ਬਾਹਰ ਕਿਵੇਂ ਤੁਸੀਂ ਉਹਨੂੰ ਸਮਝ ਸਕਦੇ ਹੋ, ਤੁਹਾਡੀ ਸਮਝ ਬਹੁਤ ਡਿਵੈਲਪ ਹੋਊਗੀ ਕਿਤਾਬ ਪੜ੍ਹ ਕੇ। ਡਾਕਟਰ ਸਾਹਿਬ ਅਖੀਰ 'ਤੇ ਡਾਕਟਰ ਗੁਰਭਗਤ ਸਿੰਘ ਹੋਰਾਂ ਦਾ ਇੱਕ ਲੇਖ ਛਪਿਆ ਸੀ, ਉਹ ਵੀ ਪੜ੍ਹਿਆ ਸੀ, ਕਹਿੰਦੇ ਜ਼ਖਮ ਨੂੰ ਸੂਰਜ ਬਣਾਓ। ਅਸੀਂ ਕਈ ਵਾਰੀ ਮਹਿਸੂਸ ਕਰਦੇ ਹਾਂ ਕਿ ਦਰਦ ਨੂੰ ਹਰ ਵੇਲੇ ਮਨੁੱਖ ਆਪਣੇ ਨਾਲ ਲੈ ਕੇ ਨਹੀਂ ਚੱਲ ਸਕਦਾ, ਇਹ ਹਾਂ ਕਿ ਬਹੁਤ ਵੱਡਾ ਦਰਦ ਹੈ, ਕਸ਼ਟ ਪੈਂਦੀ ਰਹਿੰਦੀ ਹੈ, ਔਰ ਇਹਨਾਂ ਦਿਨਾਂ 'ਚ ਤਾਂ ਖਾਸ ਕਰਕੇ ਅਸੀਂ ਮਹਿਸੂਸ ਕਰਦੇ ਹਾਂ ਖੁਦ ਇਸ ਦਰਦ 'ਚੋਂ ਲੰਘਦੇ ਹਾਂ ਪਹਿਲਾ ਹਫ਼ਤਾ, ਬਾਕੀ ਸਾਡੇ ਸੁਣਨ ਵਾਲੇ ਵੀ ਉਹਨਾਂ ਦੀਆਂ ਭਾਵਨਾਵਾਂ ਸਾਡੇ ਤੱਕ ਜੇ ਨਹੀਂ ਵੀ ਪਹੁੰਚਦੀਆਂ ਤਾਂ ਵੀ ਅਸੀਂ ਮਹਿਸੂਸ ਕਰਦੇ ਹਾਂ, ਕੁਛ ਤਾਂ ਖੁੱਲ੍ਹ ਕੇ ਆ ਕੇ ਬੋਲ ਕੇ ਦੱਸ ਜਾਂਦੇ ਨੇ, ਅਤੇ ਕਿਵੇਂ ਇਹਨੂੰ ਅੱਗੇ ਕਿਸ ਰੂਪ ਚੇਤੇ ਰੱਖਿਆ ਜਾਣਾ ਚਾਹੀਦਾ। ਹਾਂ, ਇਹ ਤੁਹਾਡੀ ਗੱਲ ਬਹੁਤ ਵਧੀਆ ਹੈ ਕਿ ਹੁਣ ਦੇਖੋ 37 ਸਾਲ ਹੋ ਗਏ ਨੇ ਔਰ ਸਾਨੂੰ ਉਹ ਜਿਹੜਾ ਦਰਦ ਹੈ ਉਹਨੂੰ ਭੁੱਲਣਾ ਨਹੀਂ ਚਾਹੀਦਾ। ਜਿਹੜੇ ਜਿਹੜੀ ਕਈ ਵਾਰ ਸਰਕਾਰਾਂ ਕਹਿੰਦੀਆਂ ਕਿ ਤੁਸੀਂ ਭੁੱਲ ਜਾਓ, ਕੋਈ ਵੀ ਕੌਮ ਹੈ, ਕੋਈ ਵੀ ਜਾਤੀ ਹੈ, ਕੋਈ ਵੀ ਦੇਸ਼ ਹੈ, ਉਹਨਾਂ 'ਤੇ ਜਿਹੜਾ ਵੱਡਾ ਜ਼ੁਲਮ ਹੋਇਆ ਹੁੰਦਾ ਉਹਨੂੰ ਕਦੇ ਭੁੱਲਦੇ ਨਹੀਂ। ਔਰ ਦੇਖੋ ਅਸੀਂ ਜਲਿਆਂ ਵਾਲੇ ਬਾਗ ਨੂੰ ਕਦੇ ਨਹੀਂ ਭੁੱਲੇ, ਛੋਟਾ ਘੱਲੂਘਾਰਾ ਵੱਡਾ ਘੱਲੂਘਾਰਾ ਹੋਇਆ ਉਹਨੂੰ ਅਸੀਂ ਕਦੇ ਨਹੀਂ ਭੁੱਲੇ। ਯੂਨੋ ਹਰ ਕੌਮ ਦੇ ਵਿੱਚ ਇਸ ਤਰ੍ਹਾਂ ਦੇ ਇਤਿਹਾਸ ਹੈ, ਜਰਮਨ ਕੌਮ ਹੈ ਉਹ ਕਦੇ ਨਹੀਂ ਭੁੱਲੀ ਕਿ ਇੱਥੇ ਫਾਸਿਜ਼ਮ ਆਇਆ ਸੀ, ਇੰਗਲੈਂਡ ਦੇ ਵਿੱਚ ਕ੍ਰੋਮਵੈਲ ਵਾਰ ਹੋਈ ਸੀ, ਇੱਥੇ ਜਿਹੜਾ ਕਤਲੇਆਮ ਹੋਇਆ ਸੀ, ਉਹਨੂੰ ਕਦੇ ਨਹੀਂ ਭੁੱਲੇ, ਭੁੱਲਣਾ ਨਹੀਂ ਚਾਹੀਦਾ। ਪਰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਉਸ ਦਰਦ ਨੂੰ ਕ੍ਰੀਏਟਿਵ ਢੰਗ ਨਾਲ ਕਿਵੇਂ ਅੱਗੇ ਵਧਾਉਣਾ, ਕਿ ਇੱਕ ਚੰਗੇ ਸਮਾਜ ਦੀ ਜਿਹੜੀ ਬਣਤਰ ਕੀਤੀ ਜਾਵੇ। ਇੱਕ ਤਾਂ ਮੈਂ ਉਹਦੇ 'ਚੋਂ ਇਹ ਕਹਿਣਾ ਚਾਹਾਂਗਾ ਕਿ ਕੁਛ ਲੋਕ ਉਦੋਂ ਉਸ ਗੁੱਸੇ ਦੇ ਵਿੱਚੋਂ ਹਿੰਦੂਆਂ ਦੇ ਖਿਲਾਫ ਪ੍ਰਚਾਰ ਕਰਦੇ ਆ, ਉਹ ਗਲਤ ਗੱਲ ਹੈ। ਆਮ ਹਿੰਦੂ ਵੀ ਉਸ ਜਿਹੜੀ ਕੌਨਸਪਰੇਸੀ ਦਾ, ਇੰਦਰਾ ਗਾਂਧੀ ਦੀ ਪੋਲੀਟਿਕਸ ਦਾ ਵਿਕਟਮ ਸੀ, ਕਿਉਂਕਿ ਉਹ ਵੀ ਕੈਲਕੂਲੇਟ ਹੋ ਰਹੇ ਸੀ, ਉਹ ਵੀ ਯੂਟੀਲਾਈਜ਼ ਹੋ ਰਹੇ ਸੀ, ਉਹਨਾਂ ਆਮ ਹਿੰਦੂਆਂ ਦਾ ਕੋਈ ਕਸੂਰ ਨਹੀਂ। ਦੂਜੀ ਗੱਲ ਇਹ ਵੀ ਹੈ ਕਿ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ, ਕਿਉਂਕਿ ਮੈਂ ਪੰਜਾਬ ਦੇ ਪੱਖ ਤੋਂ ਗੱਲ ਕਰ ਰਿਹਾ ਕਿ ਪੰਜਾਬ ਦੇ ਬੜੇ ਹਿੰਦੂ, ਉਹਨਾਂ ਦੀ ਹਰਿਮੰਦਰ ਸਾਹਿਬ 'ਚ ਬਹੁਤ ਸ਼ਰਧਾ ਹੈ, ਉਹਨਾਂ ਨੂੰ ਵੀ ਦਿਲੋਂ ਦੁੱਖ ਹੈ। ਯੂਨੋ ਮੇਰੇ ਆਪਣੇ ਇੱਕ ਮਿੱਤਰ ਨੇ, ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ, ਡਾਕਟਰ ਨੇ, ਉਹਨਾਂ ਨੇ ਮੈਨੂੰ ਬਹੁਤ, ਉਹ ਪੰਜਾਬੀ ਹਿੰਦੂ ਨੇ, ਉਹਨਾਂ ਨੇ ਮੈਨੂੰ ਬਹੁਤ ਦੁੱਖ ਭਰੀ ਚਿੱਠੀ ਲਿਖੀ ਸੀ ਉਦੋਂ, ਯੂਨੋ ਜਦੋਂ ਉਹਨਾਂ ਨੂੰ ਪਤਾ ਲੱਗਾ, ਉਹ ਕਹਿੰਦੇ ਮੈਂ ਖੁੱਬਾਂ ਮਾਰ ਕੇ ਰੋਇਆ, ਕਿਉਂਕਿ ਉਹਨਾਂ ਦੇ ਦਿਲਾਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਲਈ, ਹਰਿਮੰਦਰ ਸਾਹਿਬ ਲਈ ਉਨਾ ਹੀ ਸਤਿਕਾਰ ਹੈ। ਸਰਕਾਰ ਨੇ ਪੋਲੀਟੀਕਲ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਸੀ। ਸਾਨੂੰ ਹੁਣ ਇਹ ਸੋਚਣਾ ਚਾਹੀਦਾ ਹੈ ਕਿ ਇੱਕ ਐਸਾ ਸਮਾਜ ਹੈ ਜਿਹਦੇ 'ਚ ਅਲੱਗ ਅਲੱਗ ਕਿਸਮ ਦੇ ਲੋਕ ਨੇ, ਉਹ ਇਕੱਠੇ ਰਹਿ ਸਕਦੇ ਨੇ, ਕੋ ਐਗਜ਼ਿਸਟੈਂਸ ਕਰ ਸਕਦੇ ਹੈ, ਜੋ ਕੈਨੇਡਾ ਦਾ ਮਾਡਲ ਹੈ ਕਿ ਇਹਨੂੰ ਅਸੀਂ ਕਹਿੰਦੇ ਮਲਟੀਕਲਚਰਲਿਜ਼ਮ, ਕਿ ਅਲੱਗ ਅਲੱਗ ਕੌਮ ਹੈ ਉਹਨਾਂ ਨੂੰ ਆਪੋ ਆਪਣਾ ਅਧਿਕਾਰ ਹੈ। ਇਹ ਇਸ ਮਾਡਲ ਨੂੰ ਅਸੀਂ ਆਪਣੇ ਤੌਰ 'ਤੇ ਵੀ ਸੋਚਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਅਸੀਂ, ਕਿਉਂਕਿ ਉੱਥੇ ਜ਼ਿਆਦਾ ਸਿੱਖ ਕੌਮ ਦੇ ਲੋਕ ਜ਼ਿਆਦਾ ਰਹਿੰਦੇ ਨੇ, ਕਿ ਜੇ ਉੱਥੇ ਅਸੀਂ ਰਹਿੰਦੇ ਹਾਂ ਤਾਂ ਸਾਨੂੰ ਵੀ ਇੱਕ ਐਸਾ ਸਮਾਜਿਕ ਔਰ ਸਿਆਸੀ ਉੱਥੇ ਜੋ ਢਾਂਚਾ ਖੜਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹਦੇ 'ਚ ਕੋਐਗਜ਼ਿਸਟੈਂਸ ਹੋਵੇ, ਕਿਸੇ ਘੱਟ ਗਿਣਤੀ ਨੂੰ ਇਹ ਨਾ ਲੱਗੇ ਕਿ ਸਿੱਖ ਸਾਡੇ 'ਤੇ ਦਾਬਾ ਮਾਰ ਲੈਣਗੇ। ਹਿੰਦੂਆਂ ਦੀ ਗੱਲ ਤਾਂ ਛੱਡੋ, ਮੁਸਲਮਾਨਾਂ 'ਚੋਂ, ਕਿਉਂਕਿ ਮੁਸਲਮਾਨ ਅਤੇ ਕ੍ਰਿਸਚਨਸ ਵੀ ਉੱਥੇ 1.5% ਨੇ ਪੰਜਾਬ ਦੀ ਪਾਪੂਲੇਸ਼ਨ ਦੇ ਵਿੱਚ, ਜਿੰਨਾ ਪਰਸੈਂਟੇਜ ਸਿੱਖਾਂ ਦੀ ਕੈਨੇਡਾ 'ਚ ਹੈ, 19% ਮੁਸਲਮਾਨਾਂ ਅਤੇ ਕ੍ਰਿਸਚਨ ਦੀ ਪੰਜਾਬ ਦੇ ਵਿੱਚ ਹੈ, ਆਲਮੋਸਟ 19 ਹੈ, ਤਾਂ ਉੱਥੋਂ ਤੁਹਾਨੂੰ ਅੰਦਾਜ਼ਾ ਹੋ ਜੂਗਾ ਕਿ ਉਹ ਕਿੱਥੇ ਹੈ। ਉਹ ਇੱਕ ਐਸਾ ਅਸੀਂ ਸਮਾਜ ਰਚ ਗਏ ਕਿ ਜਿਹਦੇ 'ਚ ਕੋਈ ਬੰਦਾ ਆਪਣਾ ਧਰਮ, ਆਪਣੀ ਸੱਭਿਆਚਾਰ ਨੂੰ ਰੱਖਣਾ ਚਾਹੁੰਦਾ, ਉਹਨੂੰ ਕਦੇ ਡਰ ਨਾ ਮਹਿਸੂਸ ਹੋਵੇ, ਉਹ ਇਕੱਠੇ ਰਹਿ ਸਕਣ। ਤਾਂ ਇਹ ਇੱਕ ਬਹੁਤ ਵੱਡਾ ਇੰਪੋਰਟੈਂਟ ਪੋਲੀਟੀਕਲ ਲੈਸਨ ਇਹਦੇ 'ਚੋਂ ਲੈਣ ਦੀ ਲੋੜ ਹੈ। ਦੂਜੀ ਗੱਲ ਇਹ ਬੜਾ ਵੱਡਾ ਲੈਸਨ ਲੈਣ ਦੀ ਲੋੜ ਹੈ ਕਿ ਜਿਹੜੇ ਮਸਲੇ ਨੇ, ਸਿਆਸੀ ਮਸਲੇ ਨੇ,
ਉਹਨਾਂ ਨੂੰ ਪੀਸਫੁਲ ਡੈਮੋਕਰੈਟਿਕ ਕਨਸਟੀਟਿਊਸ਼ਨ ਢੰਗ ਨਾਲ ਰਿਜ਼ੋਲਵ ਕੀਤਾ ਜਾਵੇ ਤੇ ਉਹਨਾਂ ਖਿਲਾਫ ਉਹਨਾਂ ਸਰਕਾਰਾਂ ਦੇ ਖਿਲਾਫ ਲੋਕਾਂ ਦੀ ਜੱਥੇ ਉਹਨਾਂ ਨੂੰ ਜੱਥੇਬੰਦ ਕੀਤਾ ਜਾਵੇ ਜਿਹੜੇ ਜਿਹੜੇ ਇਹਨੂੰ ਆਰਮਡ ਤਰੀਕੇ ਨਾਲ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਦੇ ਨੇ ਪੁਲਿਸ ਰਿਪਰੈਸ਼ਨ ਕਰਕੇ ਆਰਮੀ ਰਿਪਰੈਸ਼ਨ ਕਰਕੇ ਭਾਵੇਂ ਇਹ ਸਾਊਥ ਅਫਰੀਕਾ ਸੀ ਭਾਵੇਂ ਇਹ ਆਇਰਲੈਂਡ ਸੀ ਕਿਉਂਕਿ ਹਰ ਥਾਂ ਤੇ ਉਹ ਤਰੀਕਾ ਫੇਲ ਹੋ ਰਿਹਾ ਕਿ ਤੁਸੀਂ ਜ਼ਬਰਦਸਤੀ ਲੋਕਾਂ ਨੂੰ ਰਿਪਰੈਸ ਕਰਕੇ ਹੁਣ ਪੈਲਸਟੀਨ ਤੇ ਇਜ਼ਰਾਈਲ ਦਾ ਝਗੜਾ ਆਪਾਂ ਕੁਛ ਦਿਨ ਡਿਸਕਸ ਕੀਤਾ ਸੀ ਉਹ ਵੀ ਇਸੇ ਗੱਲ 'ਚ ਪੈਦਾ ਹੋ ਰਿਹਾ ਹੁਣ ਉੱਥੇ ਜਿਹੜੀ ਨਵੀਂ ਸਰਕਾਰ ਬਣ ਰਹੀ ਹੈ ਇਜ਼ਰਾਈਲ ਦੇ ਵਿੱਚ ਉਹਦੇ 'ਚ ਇੱਕ ਅਰਬ ਪਾਰਟੀ ਨੂੰ ਸ਼ਾਮਿਲ ਕਰ ਰਹੇ ਸਰਕਾਰ ਦੇ ਵਿੱਚ ਕਿਉਂਕਿ ਇਹ ਬਹੁਤ ਚੰਗਾ ਉਦਮ ਵਾਲਾ ਕੰਮ ਹੈ ਕਿ ਜੇ ਅਸੀਂ ਇਸ ਤਰ੍ਹਾਂ ਦਾ ਇੱਕ ਸਿਆਸੀ ਢਾਂਚਾ ਖੜਾ ਕਰਾਂਗੇ ਜਿੱਥੇ ਇੱਕ ਹਿੱਸੇ 'ਤੇ ਹਮੇਸ਼ਾ ਨੂੰ ਦੱਬ ਕੇ ਰੱਖਿਆ ਜਾਊਗਾ ਉਹ ਕਦੇ ਵੀ ਸਟੇਬਲ ਨਹੀਂ ਹੋ ਸਕਦਾ ਉੱਥੇ ਕੌਨਫਲਿਕਟ ਰਹੇਗਾ ਹਮੇਸ਼ਾ ਹੀ ਇਸ ਕਰਕੇ ਸਾਨੂੰ ਇੱਕ ਤਾਂ ਇਸ ਇਹਦਾ ਇਹ ਸਿੱਟਾ ਕਰਨਾ ਚਾਹੀਦਾ ਕਿ ਇੰਦਰਾ ਗਾਂਧੀ ਨੇ ਜਿਹੜੀ ਗਲਤੀ ਕੀਤੀ ਅਸੀਂ ਨਹੀਂ ਕਰਨੀ ਅਸੀਂ ਇੱਕ ਉਸ ਸਮਾਜ ਦੀ ਜਿਹੜੀ ਰਚਨਾ ਕਰਨੀ ਹੈ ਜਿਹਦੇ ਸਭ ਲੋਕੀ ਬਿਨਾਂ ਕਿਸੇ ਡਰ ਦੇ ਆਪਣੇ ਵਿਚਾਰ ਰੱਖ ਸਕਣ ਔਰ ਆਪਣੇ ਸੱਭਿਆਚਾਰ ਨੂੰ ਰੱਖ ਸਕਣ ਉਹਨਾਂ ਦਾ ਧਾਰਮਿਕ ਤੌਰ ਤਰੀਕਾ ਉਹਨੂੰ ਬਿਨਾਂ ਕਿਸੇ ਤਰੀਕੇ ਦੇ ਅਡੋਪਟ ਕਰ ਸਕਣ ਤਾਂ ਕਿ ਡੈਮੋਕਰੈਟਿਕ ਤਰੀਕੇ ਨਾਲ ਇਹ ਗੱਲਾਂ ਰਿਜ਼ੋਲਵ ਕੀਤੀਆਂ ਜਾਣ ਬਾਕੀ ਜਿਹੜੀ ਇਕਨੋਮਿਕ ਇਸ਼ੂਜ਼ ਵੀ ਹੈਗੇ ਨੇ ਉਹਦਾ ਇਹ ਹੈ ਕਿ ਜਿਹੜਾ ਜ਼ਿਆਦਾ ਐਮਫੇਸਿਸ ਦੇਣਾ ਪੁਲਿਸ 'ਤੇ ਔਰ ਆਰਮੀ 'ਤੇ ਉੱਥੇ ਇੰਨਾ ਖਰਚ ਕਰਨਾ ਉਹ ਵੀ ਬਹੁਤ ਗਲਤ ਹੈ ਕਿਉਂਕਿ ਸਮਾਜ ਆ ਜਿਹੜਾ ਚੰਗਾ ਤਾਂ ਹੀ ਬਣਦਾ ਜਿੱਥੇ ਉੱਥੇ ਐਜੂਕੇਸ਼ਨ ਢਾਂਚਾ ਚੰਗਾ ਹੋਵੇ ਉੱਥੇ ਹੈਲਥ ਦਾ ਢਾਂਚਾ ਚੰਗਾ ਹੋਵੇ ਔਰ ਉੱਥੇ ਇਨਫਰਾਸਟ੍ਰਕਚਰ ਹੈ ਜਿਹੜਾ ਲੋਕਾਂ ਦੀ ਆਵਾਜਾਈ ਦਾ ਉਹ ਇੱਕ ਚੰਗਾ ਹੋਵੇ ਤਾਂ ਕਿ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਹੋਵੇ ਤਾਂ ਕੁਦਰਤੀ ਗੱਲ ਹੈ ਕੌਨਫਲਿਕਟ ਦੀ ਰਿਸੋਰਸਿਸ ਘੱਟ ਹੁੰਦੇ ਨੇ ਔਰ ਜਿਹੜਾ ਇੱਕ ਬਰਾਬਰਤਾ ਦੇ ਆਧਾਰ 'ਤੇ ਹੋਵੇ ਜਿਹੜੀ ਇਨਕੁਆਲਿਟੀ ਹੈ ਯੂਨੋ ਇਹ ਬਹੁਤ ਵੱਡਾ ਫਰਕ ਹੋਣਾ ਹੈ ਕੁਛ ਲੋਕੀ ਬਹੁਤ ਅਮੀਰ ਨੇ ਕੁਛ ਗਰੀਬ ਨੇ ਉਹ ਵੀ ਹਮੇਸ਼ਾ ਸੋਰਸ ਆਫ ਕੌਨਫਲਿਕਟ ਨੇ ਇਸ ਕਰਕੇ ਵੱਡੀ ਗੱਲ ਇਹ ਜਿਹੜੀ ਸਾਨੂੰ ਇਹਦੇ ਲੱਭਣ ਦੀ ਲੋੜ ਹੈ ਇੱਕ ਜਿਹੜਾ ਦੁੱਖ ਹੈ ਉਹਨੂੰ ਕ੍ਰੀਏਟਿਵ ਤਰੀਕੇ ਨਾਲ ਉਹਨੂੰ ਕਿਵੇਂ ਯੂਜ਼ ਕਰਨਾ ਕਿ ਅਸੀਂ ਆਪਣੀ ਸੋਚ ਨੂੰ ਪ੍ਰੋਗਰੈਸਿਵ ਤਰੀਕੇ ਨਾਲ ਚੇਂਜ ਕਰੀਏ ਔਰ ਕੌਨਫਲਿਕਟ ਫ੍ਰੀ ਬਰਾਬਰਤਾ ਵਾਲਾ ਸਮਾਜ ਹੈ ਉਹ ਆਦਤ ਕਰੀਏ ਜਿਹੜਾ ਕਿ ਸਾਡੀਆਂ ਸਿੱਖੀ ਸਿੱਖਿਆ ਦੇ ਨਾਲ ਮਿਲਦਾ ਮਤਲਬ ਇਸ ਪੱਖੋਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਬਹੁਤ ਮਹਾਨ ਹੈ ਕਿ ਉਹ ਸਾਨੂੰ ਬਰਾਬਰਤਾ ਦਾ ਸੁਨੇਹਾ ਦਿੰਦੀ ਹੈ ਤੇ ਉਸ ਜਿਹੜਾ ਜਿਹੜਾ ਉਹਦਾ ਬਰਾਬਰਤਾ ਦਾ ਸੁਨੇਹਾ ਉਹਦੇ ਨਾਲ ਜੁੜੀਏ ਹਾਲਾਂਕਿ ਜਿਹੜੇ ਪੱਖਪਾਤੀ ਔਰ ਵਖੇਵੇ ਪਾਉਣ ਵਾਲੇ ਆ ਉਹ ਤੋਂ ਦੂਰ ਰਹੀਏ ਜੀ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਮਾਂ ਕੱਢਿਆ ਧੰਨਵਾਦ ਤੁਹਾਡਾ ਬਹੁਤ ਬਹੁਤ ਓਕੇ ਜੀ ਥੈਂਕ ਯੂ